ਦੱਸੋ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਤੁਸੀਂ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਰਾਜਨੀਤਿਕ ਅਤੇ ਸਮਾਜਿਕ ਗਤੀਵਿਧੀਆਂ ਦੀਆਂ ਤਸਵੀਰਾਂ ਮੇਰੀ ਜ਼ਬਾਨੀ ਜ਼ਰੂਰ ਸੁਣਦੇ ਵੇਖਦੇ ਰਹਿੰਦੇ ਹੋ, ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਇਹ ਪ੍ਰੋਗਰਾਮ ਕਈ ਵਾਰੀ ਆਪਣੇ ਆਪ ਦੇ ਵਿੱਚ ਹੀ ਵੱਖਰੇ ਰੰਗਾਂ ਦੇ ਵਿੱਚ ਚਿਤਰਿਆ ਹੁੰਦਾ ਹੈ। ਜ਼ਰੂਰੀ ਨਹੀਂ ਕਿ ਇਸ ਪ੍ਰੋਗਰਾਮ ਦੇ ਵਿੱਚ ਰਾਜਨੀਤਿਕ ਹੀ ਗੱਲਾਂ ਕੀਤੀਆਂ ਜਾਣ, ਕਿਉਂਕਿ ਅਕਸਰ ਮੈਂ ਭਾਵੇਂ ਰਾਜਨੀਤੀ ਦਾ ਵਿਦਿਆਰਥੀ ਹਾਂ ਪਰ ਮੈਂ ਸੱਭਿਆਚਾਰ ਦੇ ਬਹੁਤ ਨਜ਼ਦੀਕ ਰਿਹਾ। ਜ਼ਿੰਦਗੀ ਦੇ ਵਿੱਚ ਮੇਰਾ ਅੱਧਾ ਸਮਾਂ ਜਿਹੜਾ ਉਹ ਪੰਜਾਬੀ ਕਲਚਰ ਦੇ ਨਾਲ ਹੀ ਉਸ ਨੂੰ ਪ੍ਰਮੋਟ ਕਰਨ ਦੇ ਉੱਤੇ ਲੱਗਾ ਰਿਹਾ। ਅਤੇ ਅਕਸਰ ਸਾਡੀ ਇਹ ਗੱਲ ਹੁੰਦੀ ਹੈ ਕਿ ਪ੍ਰਦੇਸ਼ ਦੇ ਵਿੱਚ ਵਸਦੇ ਪੰਜਾਬੀ ਜਿਹੜੇ ਨੇ ਉਹ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਜਿਹੜੇ ਨੇ ਉਹ ਆਪਣੇ ਕਲਚਰ ਦੀਆਂ ਗੱਲਾਂ ਜਿਹੜੀਆਂ ਨੇ, ਉਹ ਆਪਣੇ ਸੱਭਿਆਚਾਰ ਦੀਆਂ ਗੱਲਾਂ ਜਿਹੜੀਆਂ ਨੇ, ਉਹ ਰੱਤੀ ਮਾਸਾ ਕਿਤੇ ਨਾ ਕਿਤੇ ਜਿਹੜੀਆਂ ਉਹ ਗੌਹ ਨਾਲ ਜ਼ਰੂਰ ਦੇਖ ਸਕਣ। ਔਰ ਇਹੀ ਸਾਡਾ ਚਾਜਾਚਾਰ ਹੁੰਦਾ ਕਿ ਜੇਕਰ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਸ਼ਖਸੀਅਤ ਆਉਂਦੀ ਹੈ ਤਾਂ ਅਸੀਂ ਉਹਨੂੰ ਇਸ ਮੰਚ ਦੇ ਉੱਤੇ ਲੈ ਕੇ ਜਿਹੜਾ ਉਹ ਜ਼ਰੂਰ ਆਉਂਦੇ ਹਾਂ। ਅੱਜ ਸੱਭਿਆਚਾਰ ਦੀ ਪਰਿਭਾਸ਼ਾ ਜਿਹੜੀ ਹੈ ਉਹ ਵੀ ਵੱਡੇ ਪੱਧਰ ਦੇ ਉੱਤੇ ਵਿਵਾਦਿਤ ਬਣੀ ਹੋਈ ਹੈ, ਪਰ ਮਸਲਾ ਇਸ ਗੱਲ ਦਾ ਕਿ ਸੱਭਿਆਚਾਰ ਤੋਂ ਬਿਨਾਂ ਅਸੀਂ ਕਦੇ ਵੀ ਜਿਉਂਦੇ ਨਹੀਂ ਰਹਿ ਸਕਦੇ। ਸੱਭਿਆਚਾਰ ਸਾਡੀ ਰੂਹ ਦੀ ਖੁਰਾਕ ਹੈ, ਸੱਭਿਆਚਾਰ ਸਾਡੀ ਵਿਰਾਸਤ ਹੈ ਜਿਸ ਦੇ ਵਿੱਚ ਅਸੀਂ, ਮੈਂ ਸਮਝਾਂਗਾ ਕਿ ਜੰਮਣ ਤੋਂ ਲੈ ਕੇ ਕਲਕਾਰੀ ਮਾਰਨੀ ਸਿੱਖੀ ਔਰ ਮਿੱਟੀ ਦੇ ਵਿੱਚ ਜਾਣ ਵੇਲੇ ਅਲਾਉਣੀਆਂ ਤੱਕ ਦਾ ਸਫ਼ਰ ਵੀ ਜਿਹੜਾ ਉਹ ਸਾਡੇ ਸੰਗੀਤਕ ਢੰਗ ਦੇ ਨਾਲ ਹੀ ਸਾਡੀ ਜ਼ਿੰਦਗੀ ਦੇ ਵਿੱਚ ਨੇਪਰੇ ਚੜ੍ਹਦਾ। ਪੰਜਾਬੀ ਗਾਇਕੀ ਜਿਹੜੀ ਹੈ ਉਹ ਜੇਕਰ ਨਿਰਾਪੁਰਾ ਪੂਰੇ ਦਾ ਪੂਰਾ ਸੱਭਿਆਚਾਰ ਨਹੀਂ ਤਾਂ ਮੈਂ ਇੱਕ ਗੱਲ ਜ਼ਰੂਰ ਸਮਝਾਂਗਾ ਕਿ ਪੰਜਾਬੀ ਗਾਇਕੀ ਪੰਜਾਬ ਦੇ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਹੈ। ਜੇਕਰ ਗੌਹ ਨਾਲ ਵੇਖਿਆ ਜਾਵੇ ਤਾਂ ਅੱਜ ਪੰਜਾਬੀ ਗਾਇਕੀ ਦੀ ਵਿਰੋਧਤਾ ਜਾਂ ਆਲੋਚਨਾ ਵੀ ਬਹੁਤਾਤ ਥਾਵਾਂ ਦੇ ਉੱਤੇ ਹੁੰਦੀ ਹੈ, ਪਰ ਜੇਕਰ ਅਤੀਤ ਦੀ ਪੰਜਾਬੀ ਗਾਇਕੀ ਨੂੰ ਵੀ ਦੇਖਿਆ ਜਾਵੇ ਤਾਂ ਉਸ ਗਾਇਕੀ ਦੇ ਵਿੱਚ ਅਤੇ ਅੱਜ ਦੀ ਗਾਇਕੀ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਤੋਰ ਜ਼ਰੂਰ ਤੁਰੀ ਹੈ ਕਿ ਇਸ ਗਾਇਕੀ ਨੇ ਪੰਜਾਬੀ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਮੋਟ ਕੀਤਾ। ਅੱਜ ਟੈਲੀਵਿਜ਼ਨ ਚੈਨਲਾਂ ਦੇ ਉੱਤੇ, ਅੱਜ ਬਾਲੀਵੁੱਡ ਦੀ ਫਿਲਮ ਇੰਡਸਟਰੀ ਦੇ ਵਿੱਚ, ਜਾਂ ਅੱਜ ਪੰਜਾਬੀ ਮੂਲ ਤੋਂ ਹਟ ਕੇ ਜਿਹੜੇ ਲੋਕ ਨੇ ਉਹ ਪੰਜਾਬੀ ਮਿਊਜ਼ਿਕ ਅਤੇ ਪੰਜਾਬੀ ਗੀਤਾਂ ਨੂੰ ਤਰਜੀਹ ਦਿੰਦੇ ਨੇ। ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਹਰ ਥਾਵਾਂ ਦੇ ਉੱਤੇ ਚੰਗਿਆਈਆਂ ਅਤੇ ਬੁਰਾਈਆਂ ਜਿਹੜੀਆਂ ਨੇ ਉਹ ਨਾਲ ਨਾਲ ਹੁੰਦੀਆਂ ਨੇ, ਪਰ ਪੰਜਾਬ ਦੇ ਲੋਕਾਂ ਨੇ ਹਰ ਸਮੇਂ ਦੇ ਉੱਤੇ ਜਿਹੜੀ ਫੋਕ ਸਿੰਗਿੰਗ ਹੈ, ਜਿਹੜੀ ਲੋਕ ਗਾਇਕੀ ਹੈ ਕਿਸਮ ਦੀ, ਜਿਹੜੀ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੀ ਖੁੱਲ੍ਹੀ ਗਾਇਕੀ ਹੈ, ਉਸ ਨੂੰ ਵੱਡੇ ਪੱਧਰ ਦੇ ਉੱਤੇ ਸਵੀਕਾਰ ਰਿਹਾ ਹੈ। ਔਰ ਖਾਸ ਤੌਰ ਦੇ ਉੱਤੇ ਪੰਜਾਬੀਆਂ ਦਾ ਇੱਕ ਮਾਣ ਮੱਤਾ ਇਤਿਹਾਸ ਰਿਹਾ ਕਿ ਪੰਜਾਬੀਆਂ ਨੇ ਦੁਗਾਣਾ ਗਾਇਕੀ ਨੂੰ ਕਦੇ ਵੀ ਆਪਣੇ ਪੱਲੇ ਦੇ ਨਾਲੋਂ ਖੋਲ੍ਹ ਕੇ ਪਰੇ ਨਹੀਂ ਸਿੱਟਿਆ। ਚਾਹੇ ਦਦਾਰ ਸੰਧੂ ਸੀ ਕਿ ਰਾਤ ਪਈ ਅੱਧੀ ਗਈ ਅਤੇ ਅਖੀਰ ਮੁੱਕ ਗਈ, ਮੇਰੀ ਮਾਹੀ ਮਾਹੀ ਕਹਿੰਦੀ ਦੀ ਜ਼ਬਾਨ ਸੁੱਕ ਗਈ, ਅਤੇ ਚਾਹੇ ਅੱਜ ਦੀ ਮੌਜੂਦਾ ਗਾਇਕੀ ਦੇ ਵਿੱਚ ਉਹ ਕਲਾਕਾਰ ਨੇ ਜਿਹੜੇ ਆਪਣੇ ਸੋਲੋ ਗੀਤਾਂ ਦੇ ਨਾਲ ਨਾਲ ਡਿਊਟ ਗੀਤਾਂ ਦੇ ਨਾਲ ਵੀ ਲੋਹਾ ਜਮਾਉਂਦੇ ਨੇ। ਨਾ ਤੁਹਾਡੇ ਵਾਸਤੇ ਮੈਂ ਉਸ ਕਲਾਕਾਰ ਦਾ ਬਿਲਕੁਲ ਓਹਲੇ 'ਚ ਰੱਖਿਆ ਹੋਇਆ ਸੀ, ਪਰ ਜੇ ਮੈਂ ਇੱਕ ਗੱਲ ਕਹਿ ਦੇਵਾਂ ਕਿ ਬਕਾਇਦਾ ਤੌਰ 'ਤੇ ਪੰਜਾਬ ਅਤੇ ਰਾਜਸਥਾਨ ਦੇ ਬਾਰਡਰ ਵੱਲ ਨੂੰ ਚਲੇ ਜਾਈਏ ਜਿੱਥੋਂ ਕਜ਼ਾਕਿਸਤਾਨ ਦੀ ਤੇਲ ਵਾਲੀ ਲਾਈਨ ਲੰਘਦੀ ਹੈ ਫਾਜ਼ਿਲਕਾ ਦੇ ਕੋਲੋਂ, ਉਸ ਧਰਤੀ ਦੇ ਵਿੱਚ, ਉਸ ਮਿੱਟੀ ਦੇ ਵਿੱਚ ਪਿੰਡਾਂ ਦੇ ਪੁੱਤ ਜਦੋਂ ਵੀ ਪੈਦਾ ਹੁੰਦੇ ਨੇ ਸਾਨੂੰ ਇਸ ਗੱਲ ਦਾ ਮਾਣ ਹੁੰਦਾ ਕਿ ਸਾਡੇ ਪਿੰਡਾਂ ਦੇ ਪੁੱਤ ਵੀ ਕੈਸੀ ਇੱਕ ਰੱਬ ਦੀ ਉਂਗਲ ਫੜ ਕੇ ਗਾਂਹ ਤੋਂ ਗਾਂਹ ਨਿਕਲ ਜਾਂਦੇ ਨੇ ਕਿ ਦੁਨੀਆ ਭਰ ਦੇ ਵਿੱਚ ਉਹ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਆਪਣਾ ਲੋਹਾ ਜ਼ਰੂਰ ਮਨਵਾਉਂਦੇ ਨੇ। ਔਰ ਉਸ ਲੋਹੇ ਦਾ, ਪੰਜਾਬੀ ਗਾਇਕੀ ਦਾ, ਔਰ ਖਾਸ ਤੌਰ ਦੇ ਉੱਤੇ ਆਪਣੇ ਸਰੋਤਿਆਂ ਦੇ ਕੋਲ ਝੁੱਕ ਕੇ ਧੜੱਲੇਦਾਰ ਗਾਇਕੀ ਨੂੰ ਪੇਸ਼ ਕਰਨ ਦਾ ਦੂਸਰਾ ਨਾਮ ਹੈ ਜਿਹੜੇ ਗੀਤ ਤੁਸੀਂ ਸੁਣ ਰਹੇ ਹੋ, ਅਤੇ ਉਸੇ ਸ਼ਖਸ ਨੂੰ ਮੈਂ ਤੁਹਾਡੇ ਰੂਬਰੂ ਕਰਵਾਵਾਂਗਾ, ਗੁਰਨਾਮ ਭੁੱਲਰ ਨੂੰ। ਸਤਿ ਸ਼੍ਰੀ ਅਕਾਲ ਜੀ ਰਿਆੜ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ, ਔਰ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਸਾਰਾ ਪਿਆਰ ਸਤਿਕਾਰ ਜੀ ਸਾਰਿਆਂ ਨੂੰ। ਮੈਂ ਧੰਨਵਾਦ ਕਰਦਾ ਪਹਿਲਾਂ ਹਾਈਪ ਇੰਟਰਟੇਨਮੈਂਟ ਵਾਲੇ, ਉਹ ਮੇਰੇ ਤੋਂ ਵੱਡਾ ਹੈ ਵੈਸੇ, ਵੱਡਾ ਭਰਾ ਲੱਕੀ ਗਿੱਲ ਅਤੇ ਧੀਰਾ ਬਰਾੜ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਵਿਦੇਸ਼ ਦੀ ਧਰਤੀ ਦੇ ਉੱਤੇ ਜੇਕਰ ਕਿਸੇ ਆਰਟਿਸਟ ਨੇ ਸ਼ੋਅ ਲਾਉਣੇ ਆ ਨਾ, ਤਾਂ ਪ੍ਰਮੋਟਰਾਂ ਨੂੰ ਕਈ ਵਾਰੀ ਇੱਦਾਂ ਲਿਖਣਾ ਪੈਂਦਾ ਵੀ ਵੀਜ਼ਾ ਗਰੰਟਡ, ਰਾਈਟ? ਭਾਵੇਂ ਤੁਹਾਡੇ ਸ਼ੋਅ ਅਪ੍ਰੈਲ ਦੇ ਵਿੱਚ ਆਉਣੇ ਆ, ਵਿਸਾਖੀ ਦੇ ਉੱਤੇ ਆਉਣੇ ਆ, ਇਹਨਾਂ ਨੇ ਪਹਿਲਾਂ ਗੁਰਨਾਮ ਭੁੱਲਰ ਨੂੰ ਅਮਰੀਕਾ ਦੇ ਵਿੱਚ ਲੈ ਆਉਂਦਾ ਵੀ ਗੁਰਨਾਮ ਭੁੱਲਰ ਬਕਾਇਦਾ ਤੌਰ 'ਤੇ, ਕਿਉਂਕਿ ਡਿਮਾਂਡ ਜਿਸ ਕਲਾਕਾਰ ਦੀ ਹੁੰਦੀ ਹੈ ਜਿਹਨੂੰ ਲੋਕ ਸੁਣਨਾ ਚਾਹੁੰਦੇ ਆ। ਤੁਸੀਂ ਜਿੰਨਾ ਵੀ ਗਾਇਆ,
मैं समझांगा कि चाहे वह किस्मत की गल हो, किस्मत फिल्म की गल हो, चाहे गुड्डिया पटोले की गल हो, बहुत साफ सुथरे ढंग गाया। पर मैं लोगों बड़ी इस गल की इंतजार है कि लोगों सिर्फ फाजिलका का पता है, अपने पिछोकड़ बारे थोड़ा जहा जरूर दसो। मैं जी मेरा जन्म कमाल वाला पिंड है जी फाजिलका के कोल 18 किलोमीटर साइड पर। तो मैं जी मेरी बेसिक स्टडी है सारी फाजिलका की है जी। मैं प्लस टू उत्थों की, उस तो बाद मैं बैचलर्स इन म्यूजिक एंड वोकल एंड इंस्ट्रूमेंटल APJ कॉलेज जलंधर तो, और हूँ मैं 10 ईयर मास्टर्स इन वोकल म्यूजिक वोकल कंप्लीट की है जी। तो नाल नाल मेरे घर च मेरे बापू जी दादा जी बहुत शौक स काफ़िया का गुरबाणी का, वो आप गाँवते रहते सी। पर भी म्यूजिक जिवें टैक्निकल नॉलेज नहीं सी किसी नूं। ते उस तो बाद मेरे फादर साहब नूं बहुत शौक है, ठीक है, पर वो कितने ना कितने वो शौक शौक ही रह रहा सीगा। ते मैं बहुत छोटा सीगा जी, असी फादर साहब वैसे गुणगुणाउंदे सी जां गा वी लैंदे सी? नहीं नहीं नहीं, गुणगुणाउंदे भी नहीं जी, बस जिवें तुसीं कई वारी कईआं नूं जिवें स्पोर्ट्स का शौक हुंदा। हाँ जी हाँ जी, साडे घर च शौक है म्यूजिक का, ठीक है, सारिआं नूं शौक, जिवें भी म्यूजिक देखना गाने सुनना। मेरे पापा दसते होंगे भी मैं कोई कदम सदीक साहब का खाड़ा जो कि लगना तो मैं कभी मिस नहीं किया। क्या बात भी, वो लिसनर बहुत मैं लगता कि वधिया ने। तो मैं बहुत छोटा सीगा जी, 4th-5th क्लास सीगा मैं, अजे स्टडी मैं ठीक सीगा। तो सारी फैमिली आई सी भी स्टडी ही अगे जाऊगा, ठीक है। तो साढ़े महापुरख जिन्हों असी मानते हैं उन्होंने मैं फिर आशीर्वाद दिता, मैं 4th स्टैंडर्ड सीगा भी तू इस लाइन च बहुत तू तरक्की करेगा, बहुत कामयाब होएगा, म्यूजिक नू हुणे तो सीखना शुरू कर। राइट, तो फिर मैं 4th स्टैंडर्ड तो स्कूल च साडे उत्थे फाजिलका च मनजिंदर तनेजा जी उस्ताद जी, उन्होंने मैनू 6-7 साल सिखाया। उस तो बाद फिर मैं क्लासीकल म्यूजिक सीखना शुरू किया। फिर पंजाब च रियलिटी शोज़ MH1 चैनल ते निक्की आवाज़ पंजाब दी, उहदे च मैं पहली वारी पार्टीसपेट किया। वो पार्टीसपेट किया सी, पर हौली हौली करते करते मैं वो कंपीटिशन विन कर गया, ठीक है। फिर आवाज़ पंजाब दी, फिर यूथ फैसटिवल, कई सारे कंपीटिशन, फिर सिलसिला चल पाया। 24 साल के गुरनाम भुल्लर जी सिर के उत्ते शोहरत का टोकरा अज की तरीक भारा है, संभालना किवें लगता है? नहीं जी, मैनू कुछ इदा भारा या हौला नहीं लगता। मेरे हिसाब नाल मैं एक ही चीज़ सीखी है कि तुसीं कुछ भी करते हो सीख के करते हो तो ईमानदारी नाल करते हो तो रिजल्ट जिहड़ा वो अपने आप आउंदा। बाकी बहुत ज़्यादा मैं बड़ा प्रैक्टिकल जिहा बंदा जी, मैं इन्ना बिलीव नहीं करता हिट फ्लॉप च। मैं बिलीव करदा कि अप टू द मार्क कम आना चाहिए, भावें म्यूजिक साउंड क्वालिटी है भावें लिरिक्स ने, उन्होंने चीज़ों पर मैं बहुत मेहनत करदा। बाकी मैं इन्नी टेंशन नहीं होंगी जी भी कि हिट जाऊगा कि फ्लॉप। ज़्यादा टेंशन फिर जस रिकॉर्ड वाले होंगी उन्होंने भी बड़ा सहयोग है। हाँ जी, नहीं टेंशन उन्होंने भी नहीं होंगी जी, वह भी भाजी भाजी ने बड़ी बुलंदी नाल काम किया मेरे नाल। असी 0 तो शुरू किया, जदों मैं बिल्कुल भी इंडस्ट्री अजे पैर एक गाना मेरा आया सी तां उस दिन तो मेरे नाल खड़े है। और डायमंड आउंदे आउंदे सानू डायमंड साडा 8th सोंग सी, 8वां गाणा सी, 8 गाणियां तक मेरे नाल खड़े है। असी उन्हां दी भी यही कोशिश रही है हमेशा कि आपां करदे रहना जदों साडी किस्मत होगा सानू मिलूगा। गुरनाम जी, डायमंड जदों भी आया, डायमंड ने गुरनाम भुल्लर की तस्वीर ते तशबीह नूं एक वारी बदल के रख दिता। मतलब जदों डायमंड गीत आया उहदी पिक्चराइजेशन ये भुलेखा पाउंदी सी, पहला आम लोगों नूं विदेश दे विच जां होर थावां दे उत्ते नहीं पता सी भी गुरनाम भुल्लर फाजिलका दे नाल ताल्लुक रखदा। आम लोगों नूं ये पता सी कैनेडा जां किसे फॉरन कंट्री जां आस्ट्रेलिया दे विचों अजकल कला उठदी है भी उत्थों गुरनाम भुल्लर, क्योंकि पिक्चराइजेशन दा भी दृश्य सी। इह की हकीकत सी? 8 गाणां दा पहलां तुसीं जिक्र कीता, मतलब इस पंध तक आउंदिआं किहड़ियां-किहड़ियां तुहानूं ਝੇਡਾਂ ਮੁਸ਼ਕਲਾਂ ਝੱਲਣੀਆਂ ਪਈਆਂ? ਅਸੀਂ ਪਹਿਲਾ ਗਾਣਾ ਰਿਲੀਜ਼ ਕੀਤਾ ਸੀਗਾ ਜੀ ਆਪਣਾ ਸ਼ਨੀਵਾਰ, ਅਤੇ ਉਹ ਗਾਣਾ ਠੀਕ ਸੀਗਾ ਉਦੋਂ। ਐਕਚੁਲੀ ਮੈਂ ਬਹੁਤ ਕਮਰਸ਼ਲ ਜਿਹੜਾ ਜਿਵੇਂ ਚੱਕਵੇਂ ਗਾਣੇ ਹੁੰਦੇ ਜੀ, ਐਕਸਟਰਾ ਚੱਕਵੇਂ ਜਾਂ ਆਊਟ ਆਫ ਦਾ ਟਰੈਕ ਜਾ ਕੇ, ਉਹ ਮੈਟਰ ਕਦੀ ਮੈਂ ਸਿਲੈਕਟ ਹੀ ਨਹੀਂ ਕੀਤਾ। ਵੀ ਹਮੇਸ਼ਾ ਐਂ ਰਿਹਾ ਕਿ ਯਾਰ ਵੀ ਬਾਕੀ ਪਰਿਵਾਰਾਂ ਨੇ ਤਾਂ ਦੇਖਣਾ, ਮੇਰੇ ਆਪਦੇ ਪਰਿਵਾਰ ਨੇ ਵੀ ਦੇਖਣਾ, ਵੀ ਮੇਰੇ ਘਰ ਵੀ ਉਹ ਗਾਣਾ ਸੁਣਿਆ ਜਾਣਾ। ਮੇਰੇ ਫਾਦਰ ਸਾਹਿਬ ਬਹੁਤ ਪਰਟੀਕੁਲਰ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਤੂੰ ਕੀ ਗਾ ਰਿਹਾ, ਕੀ ਮੈਟਰ ਗਾ ਰਿਹਾ। ਅਤੇ ਅਸੀਂ ਉਹ ਬਾਹਲੇ ਭੜਕੀਲੇ ਗਾਣੇ ਕਦੇ ਕੀਤੇ ਹੀ ਨਹੀਂ, ਅਤੇ ਉਹ ਉਮੀਦ ਵੀ ਨਹੀਂ ਸੀ ਵੀ ਕੋਈ ਬਹੁਤ ਜ਼ਿਆਦਾ ਇੱਕੋਦਮ ਹਾਈਪ ਗਾਣਾ ਵਾਇਰਲ ਗਾਣਾ ਕੋਈ ਹੋਊਗਾ। ਕਰਦੇ ਕਰਦੇ ਮੇਰਾ ਪਹਿਲਾ ਗਾਣਾ ਜਿਹੜਾ ਵਧੀਆ DJ-ਆਂ 'ਤੇ ਠੀਕ ਰਿਹਾ ਸੀਗਾ, ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਸਹੁੰ ਤੇਰੀ ਜੱਟੀ ਝੱਲਦੀ ਦੀਆਂ ਅੱਖੜਾਂ। ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੋ ਗਿਆ। ਫਿਰ ਮੈਨੂੰ ਸਾਡਾ ਕੈਨੇਡਾ ਤੋਂ ਮੈਨੂੰ ਇਨਕੁਆਇਰੀ ਆਈ ਸ਼ੋਅ ਦੀ, ਅਤੇ ਜਸਵੀਰ ਬਾਈ ਕਹਿੰਦੇ ਵੀ ਕੈਨੇਡਾ ਤੂੰ ਇੰਟਰਸਟਿਡ ਆ ਜਾਣ ਲਈ? ਅਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਆਪਾਂ ਚੱਲਦੇ ਹਾਂ।
ਠੀਕ ਹੈ। ਅਜੇ ਮੇਰੇ ਦੋ ਤਿੰਨ ਗਾਣੇ ਉਦੋਂ ਆਏ ਸੀ, ਫਿਰ ਮੈਨੂੰ ਇਹ ਸੀਗਾ ਵੀ ਕੈਨੇਡਾ ਚੱਲੇ ਤਾਂ ਕੈਨੇਡਾ ਲਈ ਕੋਈ ਗਾਣਾ ਰਿਲੀਜ਼ ਕੀਤਾ ਜਾਵੇ, ਫਿਰ ਅਸੀਂ ਗਾਣਾ ਰਿਲੀਜ਼ ਡਿਊਟ ਕੀਤਾ। ਮੈਨੂੰ ਡਿਊਟ ਦਾ ਬਹੁਤ ਸ਼ੌਂਕ ਹੈ ਕਿਉਂਕਿ ਸਾਡੇ ਘਰ 'ਚ ਸਦੀਕ ਸਾਹਿਬ, ਮਾਨਕ ਸਾਹਿਬ ਬੜੀਆਂ ਮੈਂ ਉਹ ਟਿੱਪਾਂ ਸੁਣੀਆਂ, ਤਾਂ ਮੈਨੂੰ ਇਹ ਸੀ ਵੀ ਹੱਥ ਘੁੱਟ ਕੇ ਗੱਡੀ ਨੂੰ ਪਾਇਆ ਰੋਂਦੀ ਵੀਰੇ ਉਤਲੇ ਮਨੋਂ ਐ ਸੁਣੇ ਹੋਏ ਨੇ। ਫਿਰ ਮੈਂ ਉਹ ਗਾਣਾ ਅਸੀਂ ਰਿਲੀਜ਼ ਕੀਤਾ, ਮੁੰਡਾ ਕਰਦਾ ਕੈਨੇਡਾ 'ਚ ਡਰਾਈਵਰੀ, ਰਿਸ਼ਤਾ ਕਰਾਵਾਂ ਤੈਨੂੰ ਸਾਲੀ। ਰਾਈਟ, ਮੈਂ ਸਮਝਦਾ ਕਿ ਉਹ ਗਾਣੇ ਨੇ ਇੱਕ ਬ੍ਰੇਕ ਦੇਣੀ ਸ਼ੁਰੂ ਕਰਤੀ ਮੈਨੂੰ। ਫਿਰ ਕੈਨੇਡਾ ਪਹੁੰਚ ਕੇ ਫਿਰ ਮੈਂ ਡਾਇਮੰਡ ਸ਼ੂਟ ਕੀਤਾ ਸੁੱਖ ਸੰਘੇੜੇ ਨਾਲ, ਸੁੱਖ ਸੰਘੇੜਾ ਬਾਈ ਡਾਇਰੈਕਟਰ ਉਹਨਾਂ ਨੂੰ। ਰਾਈਟ, ਅਤੇ ਫਿਰ ਉਹ ਅਸੀਂ ਗਾਣਾ ਸ਼ੂਟ ਤਾਂ ਕਰ ਲਿਆ, ਪਰ 6-7 ਮਹੀਨੇ ਪਤਾ ਨਹੀਂ ਕਿ ਰੱਬ ਨੇ ਅਜੇ ਕਿਹਾ ਸੀ ਵੀ ਅਜੇ ਖੜ ਜਾ, 7 ਮਹੀਨੇ ਉਹ ਗਾਣਾ ਸਾਡੇ ਕੋਲ ਉਹਦਾ ਫਸਟ ਕੱਟ ਹੀ ਨਹੀਂ ਆਇਆ। ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਖੁਸ਼ੀ ਦਾ ਮੁਕਾਮ ਹਰ ਇੱਕ ਵਿਅਕਤੀ ਦਾ ਹੁੰਦਾ, ਉਸ ਦੇ ਉੱਤੇ ਅਤੇ ਕੁਝ ਇੱਕ ਹੋਰ ਜ਼ਿੰਦਗੀ ਦੀਆਂ ਖਾਸ ਗੱਲਾਂ ਦੇ ਉੱਤੇ ਕਰਾਂਗੇ ਗੁਰਨਾਮ ਭੁੱਲਰ ਦੇ ਨਾਲ ਚਰਚਾ। ਤੁਸੀਂ ਗੁਰਨਾਮ ਭੁੱਲਰ ਨੂੰ ਪਿਆਰ ਕਰਦੇ ਹੋ ਬਾਕਾਇਦਾ ਤੌਰ ਦੇ ਉੱਤੇ, ਮੈਂ ਸਮਝਾਂਗਾ ਕਿ ਜਿਹੜੇ ਅੱਜ ਦੇ ਮੀਟਰ ਪੈਮਾਨੇ ਨੇ, ਅੱਜ ਦੀ ਸ਼ਬਦਾਵਲੀ ਦੇ ਮੀਟਰ ਪੈਮਾਨੇ ਨੇ, ਬਾਕਾਇਦਾ ਤੌਰ ਦੇ ਉੱਤੇ ਗੀਤ ਹੋਣ ਜਾਂ ਲੋਕ ਗੀਤ ਹੋਣ, ਉਹਨਾਂ ਦੇ ਵਿੱਚ ਰਿਸ਼ਤਿਆਂ ਦੀ ਪਰਿਕਰਮਾ ਹੁੰਦੀ ਹੈ। ਸੁਭਾਵਿਕ ਹੈ ਕਿ ਰਿਸ਼ਤਿਆਂ ਦੀ ਪਰਿਕਰਮਾ ਪਵਿੱਤਰ ਹੋਵੇ, ਰਿਸ਼ਤਿਆਂ ਦੀ ਪਰਿਕਰਮਾ ਸੁੱਚੀ ਹੋਵੇ, ਔਰ ਸੰਗੀਤਕ ਲੈਅ ਜਿਹੜੀ ਹੈ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਔਰ ਬਾਕਾਇਦਾ ਤੌਰ ਦੇ ਉੱਤੇ ਤੁਸੀਂ ਰੱਜ ਕੇ ਗੁਰਨਾਮ ਭੁੱਲਰ ਨੂੰ ਐਕਸੈਪਟ ਕੀਤਾ, ਔਰ ਇਸ ਗੱਲ ਦੇ ਉੱਤੇ ਗੁਰਨਾਮ ਭੁੱਲਰ ਅਪ੍ਰੈਲ ਦੇ ਸ਼ੋਆਂ ਤੋਂ ਪਹਿਲਾਂ ਹੀ ਅੱਜ ਮੈਂ ਸਮਝਾਂਗਾ ਕਿ ਦੁਨੀਆ ਦੇ ਸਭ ਤੋਂ ਵੱਡੇ ਪੰਜਾਬੀ ਚੈਨਲ ਵਿਦੇਸ਼ ਦੇ ਵਿੱਚ ਜਸ ਪੰਜਾਬੀ ਦੇ ਉੱਤੇ ਤੁਹਾਡੇ ਰੂਬਰੂ ਹੋ ਰਿਹਾ, ਔਰ ਅਸੀਂ ਤੁਹਾਡੀਆਂ ਕਾਲਸ ਲਵਾਂਗੇ। ਤੁਸੀਂ ਕਾਲ ਕਰ ਸਕਦੇ ਹੋ ਸਾਨੂੰ 7187862225 7182 ਐਂਡ ਆਲਸੋ ਈਮੇਲ ਮੀ ਰਿਆੜ ਐਟ ਜਸ ਬਰੋਡਕਾਸਟਿੰਗ ਡਾਟ ਕਾਮ ਔਰ ਇਨਫੋ ਐਟ ਜਸ ਬਰੋਡਕਾਸਟਿੰਗ ਡਾਟ ਕਾਮ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆ ਦੋਸਤੋ, ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ। ਸਾਡੇ ਨਾਲ ਨੇ ਗੁਰਨਾਮ ਭੁੱਲਰ। ਗੁਰਨਾਮ ਜੀ, ਗਾਉਣਾ ਪੈਂਦਾ ਬਹੁਤ ਵਧੀਆ ਢੰਗ ਦੇ ਨਾਲ, ਮੈਂ ਸਮਝਾਂਗਾ ਕਿ ਰਿਸ਼ਤਿਆਂ ਦੀ ਗੱਲ ਕਰਨੀ ਪੈਂਦੀ ਹੈ, ਸਮਾਜ ਦੀ ਗੱਲ ਕਰਨੀ ਪੈਂਦੀ ਹੈ, ਇਹ ਸੱਭਿਆਚਾਰਕ ਤਸ਼ਵੀਹਾਂ ਨੇ। ਅੱਜ ਦੀ ਤਰੀਕ ਦੇ ਵਿੱਚ ਪੰਜਾਬੀ ਗਾਇਕਾਂ ਨੂੰ ਉਲਾਂਭੇ ਨੇ ਕਿ ਬੰਦੂਕਾਂ ਜਾਂ ਮਾਰ ਮਰਾਈ ਦੀਆਂ ਗੱਲਾਂ ਜਾਂ ਕੁਛ ਗਾਲਾਂ ਵਰਗਾ ਅੱਜ ਕੱਲ੍ਹ ਗੀਤਾਂ ਦੇ ਵਿੱਚ ਬਹੁਤ ਆਉਂਦਾ, ਅਤੇ ਬਹੁਤ ਲੋਕ ਕਹਿ ਦਿੰਦੇ ਨੇ ਕਿ ਇਹ ਜੀ ਕਮਰਸ਼ੀਅਲ ਹੈ, ਇਹ ਤੋਂ ਬਿਨਾਂ ਚੱਲਿਆ ਨਹੀਂ ਜਾ ਸਕਦਾ। ਪਰ ਮੈਂ ਤੁਹਾਡੇ ਜਿੰਨੇ ਕੁ ਗੀਤ ਦੇਖੇ ਨੇ ਉਹਨਾਂ ਦੇ ਵਿੱਚ ਸਹਿਜ ਵੀ ਹੈ ਔਰ ਸਾਰੀ ਗੱਲਬਾਤ ਜਿਹੜੀ ਹੈ ਉਹ ਦੇਖਣ ਯੋਗ ਵੀ ਹੈ। ਕਿਉਂ ਲੋਕ ਕਹਿੰਦੇ ਨੇ ਵੀ ਇਹ ਤੋਂ ਬਿਨਾਂ ਚੱਲਿਆ ਨਹੀਂ ਜਾ ਸਕਦਾ? ਕਈ ਵਾਰ ਨਾ ਜੀ, ਤੁਸੀਂ ਦੇਖਿਆ ਹੋਣਾ ਕਿ ਜਦੋਂ 10 ਬੰਦਿਆਂ ਦੀ ਭੀੜ ਖੜੀ ਹੋਵੇ ਅਤੇ ਸਾਰੀ ਆਰਾਮ ਨਾਲ ਗੱਲਾਂ ਕਰਦੀ ਹੋਵੇ ਅਤੇ ਇੱਕ ਬੰਦਾ ਬਹੁਤ ਉੱਚੀ ਬੋਲਦਾ, ਉਹਦਾ ਕਾਰਨ ਇਹ ਹੁੰਦਾ ਵੀ ਯਾਰ ਖਰੇ ਮੇਰੀ ਚੀਕ ਕਰਕੇ ਮੈਨੂੰ ਕੋਈ ਸੁਣ ਲਏ। ਕਿਉਂਕਿ ਤੁਸੀਂ ਨੋਰਮਲੀ ਗੱਲ ਕਰਦੇ ਆ ਤਾਂ ਤੁਸੀਂ ਸਹੀ ਗੱਲ ਕਰੋਗੇ ਤੁਹਾਡੀ ਸੁਣਨੀ ਆ, ਜੇ ਤੁਸੀਂ ਚੀਕ ਮਾਰੋਗੇ ਤੁਸੀਂ ਗਲਤ ਵੀ ਬੋਲੋਗੇ ਤਾਂ ਸਾਰਿਆਂ ਦਾ ਧਿਆਨ ਜਾਣਾ। ਮੇਰੇ ਹਿਸਾਬ ਨਾਲ ਗੀਤਾਂ 'ਚ ਗੈਂਗਵਾਦ ਨੂੰ ਪ੍ਰਮੋਟ ਕਰਨਾ ਜਾਂ ਗਾਲਾਂ ਨੂੰ ਪ੍ਰਮੋਟ ਕਰਨਾ ਜਾਂ ਹੋਰ ਵੀ ਬਹੁਤ ਸਾਰੇ, ਮੇਰੇ ਨਾਲ ਜ਼ਿਆਦਾ ਆਡੀਅੰਸ ਜਾਣਦੀ ਹੈ ਜਾਂ ਤੁਸੀਂ ਜਾਣਦੇ ਹੋ, ਆਪਾਂ ਅਕਸਰ ਦੇਖਦੇ ਹਾਂ, ਮੈਂ ਕਿਸੇ ਚੀਜ਼ ਨੂੰ ਪੁਆਇੰਟ ਆਊਟ ਨਹੀਂ ਕਰੂੰਗਾ, ਪਤਾ ਨਹੀਂ ਕਲਿੱਪ ਬਣ ਕੇ ਕੀ ਚੀਜ਼ ਬਣ ਜਾਂਦੀ ਹੈ ਗੱਲ, ਕੀ ਚੀਜ਼ ਬਣ ਜਾਂਦੀ, ਪਰ ਹਾਂ ਕਿਤੇ ਨਾ ਕਿਤੇ ਉਹ ਇੱਕ ਸ਼ਾਰਟਕੱਟ ਬਣਾ ਲਿਆ ਸਾਰਿਆਂ ਨੇ ਕਿ ਯਾਰ ਉਹ ਗੱਲ ਇੰਨੀ ਕੁ ਬੁਰੀ ਕਰਦੇ ਹੋ ਵੀ ਜਿਹੜੀ ਫਟਾਫਟ ਯੂਟਿਊਬ ਦੇ ਵਿਊਜ਼ ਆ ਜਾਣ ਸਾਡੇ ਕੋਲ, ਫਟਾਫਟ ਲੋਕ ਕੈਚ ਕਰ ਲੈਣ। ਨਾ ਤਾਂ ਲੋਕਾਂ 'ਚ ਮੇਰੇ ਖਿਆਲ 'ਚ ਅੱਜ ਕੱਲ੍ਹ ਇੰਨਾ ਪੇਸ਼ੈਂਸ ਆ ਕਿ ਉਹ ਡਿਫਰੈਂਸ਼ੀਏਟ ਕਰ ਲੈਣ ਵੀ ਕਿਹੜਾ ਬੰਦਾ 2.5 ਘੰਟੇ ਗਾਉਣ ਵਾਲਾ ਅਤੇ ਕਿਹੜਾ 1 ਗਾਣੇ ਵਾਲਾ ਜਾਂ ਕਿਹੜਾ ਆਟੋ ਟਿਊਨ ਵਾਲਾ। ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਜ਼ਿੰਮੇਵਾਰ ਨੇ। ਔਰ ਮੈਂ ਕਿਸੇ ਬੰਦੇ ਨੂੰ ਮਿਲਿਆ ਅਤੇ ਉਹ ਕਹਿੰਦਾ ਯਾਰ ਬਹੁਤ ਪੈਸੇ ਕਮਾਏ ਅਤੇ ਹੁਣ ਜਦੋਂ ਦੇਖਦੇ ਹਾਂ ਕਿ ਜਿਹੜੇ ਕਲਾਕਾਰ ਨੇ ਉਹਨਾਂ ਵੱਲ ਲੋਕ ਫੋਟੋਆਂ ਵਾਸਤੇ ਆਉਂਦੇ ਨੇ, ਸਾਨੂੰ ਕੋਈ ਜਾਣਦਾ ਨਹੀਂ, ਅਸੀਂ ਇੰਨੀ ਮਿਹਨਤ ਕੀਤੀ ਆ, ਤਾਂ ਮੈਂ ਸੋਚਿਆ ਮੈਂ ਗਾਣਾ ਹੀ ਕੱਢ ਦੇਣਾ। ਅੱਛਾ, ਅਤੇ ਮੈਂ ਮਤਲਬ ਮਨ 'ਚ ਸੋਚਿਆ ਵੀ ਜਦੋਂ ਮਿਆਰ ਹੀ ਇੰਨਾ ਡਿੱਗ ਗਿਆ, ਜਿਹੜੇ ਬੰਦੇ ਨੇ 20 ਸਾਲ ਤਾਂ ਫੋਰ ਐਗਜ਼ਾਮਪਲ ਉਹਨੇ ਟਰੈਕਿੰਗ ਦਾ ਕੰਮ ਕੀਤਾ, ਅੱਜ ਉਹਨੇ 20-25 ਮਿਲੀਅਨ ਜੋੜ ਲਏ ਅਤੇ ਉਹਨੂੰ ਲੱਗਦਾ ਕਿ ਯਾਰ ਮੈਂ ਇੱਕ ਗਾਣਾ ਕਰ ਲਾਂ ਤਾਂ ਲੋਕ ਮੈਨੂੰ ਜਾਣਨ ਲੱਗ ਜਾਣਗੇ। ਜਦੋਂ ਆਰਟਿਸਟ ਅਤੇ ਆਰਟ ਦੀ ਜਿਹੜੀ ਸੋਚ ਹੈ ਇਹ ਇੱਧਰ ਚਲੀ ਜਾਊਗੀ, ਫਿਰ ਤੁਸੀਂ ਉਸ ਉਹ ਇਹੋ ਜਿਹੇ ਆਰਟ ਤੋਂ ਤੁਸੀਂ ਐਕਸਪੈਕਟ ਹੀ ਨਹੀਂ ਕਰ ਸਕਦੇ ਕਿ ਉਹ ਬੰਦਾ ਆਰਟ ਲਈ ਕੁਛ ਕਰੂਗਾ। ਗੁਰਨਾਮ ਜੀ, ਇੱਕ ਗੱਲ ਬੜੀ ਮੈਂ ਜ਼ਰੂਰ ਕਰਨੀ ਚਾਹਾਂਗਾ, ਜਿਸ ਤਰ੍ਹਾਂ ਤੁਸੀਂ APJ ਫਾਈਨ ਆਰਟ ਕਾਲਜ ਦੀ ਗੱਲ ਕੀਤੀ ਹੈ ਕਿ ਉੱਥੋਂ ਮਾਸਟਰ ਵੀ ਇਸ ਵੇਲੇ ਕਰ ਰਹੇ ਹਾਂ, ਜਾਂ ਤਾਂ ਬਹੁਤ ਮਿਊਜ਼ਿਕ ਦੇ ਵਿੱਚ ਬੰਦੇ ਜਿਹੜੇ ਹੁੰਦੇ ਨੇ ਉਹ ਥੱਲੇ ਥੱਲੇ ਰਹਿ ਜਾਂਦੇ ਨੇ, ਕਹਿੰਦੇ ਜੀ, ਅਤੇ ਜਾਂ ਇੱਕ ਗੱਲ ਹੁੰਦੀ ਹੈ ਕਿ ਉਹ ਬੰਦੇ ਨਿਕਲ ਜਾਂਦੇ ਨੇ, ਪਰ
ਜੇ ਦੌਲਤ ਧਨ ਤੇ ਧਨ ਧਨ ਦੋ ਚੀਜ਼ਾਂ ਜਿਹੜੀਆਂ ਨੇ ਉਹ ਇਕੱਠੀਆਂ ਨਹੀਂ ਬੈਲੈਂਸ ਕਰਨਾ ਬੈਲੈਂਸ ਕਰਨਾ ਬਹੁਤ ਔਖਾ ਹੁੰਦਾ ਹੈ ਨਾ ਅੱਜ ਦੀ ਤਰੀਕ ਦੇ ਵਿੱਚ ਉਹਦੇ ਪਿੱਛੇ ਕਿਹੜੀ ਚੀਜ਼ ਜਿਹੜੀ ਉਹ ਚੱਲਦੀ ਹੈ ਕਿ ਅੱਜ ਗੁਰਨਾਮ ਭੁੱਲਰ ਜੇਕਰ ਗੀਤ ਗਾਉਂਦਾ ਸਕਰੀਨ ਦੇ ਉੱਤੇ ਤਾਂ ਇੱਕ ਗੀਤ ਜਿਹੜਾ ਉਹ ਵੀ ਉਨਾ ਹਿੱਟ ਹੋ ਜਾਂਦਾ ਪਰ ਜੇ ਗੁਰਨਾਮ ਭੁੱਲਰ ਨੂੰ 2.5 ਘੰਟੇ ਦਾ ਅਖਾੜਾ ਲਾਉਣਾ ਪਵੇ ਤਾਂ ਗੁਰਨਾਮ ਭੁੱਲਰ ਫਿਰ 3 ਘੰਟੇ ਦਾ ਅਖਾੜਾ ਵੀ ਠੋਕ ਕੇ ਲਾ ਦਿੰਦਾ ਇਹ ਮਤਲਬ ਰੱਬੀ ਦੇਣ ਹੈ ਇਹਦੇ ਪਿੱਛੇ ਵੈਸੇ ਕੀ ਰਾਜ਼ ਹੈ ਮਿਹਨਤ ਦਾ ਮੈਂ ਜੀ ਮੇਰੇ ਖਿਆਲ ਸਭ ਤੋਂ ਬੇਸਿਕ ਚੀਜ਼ ਤਾਂ ਬਹੁਤ ਸਿੰਪਲ ਚੀਜ਼ ਹੈ ਕਿ ਮੈਂ ਜਦੋਂ ਡਾਇਮੰਡ ਹਿੱਟ ਦਿੱਤਾ ਤਾਂ ਉਦੋਂ ਮੈਨੂੰ ਮਿਊਜ਼ਿਕ ਸਿੱਖਦੇ ਨੂੰ ਆਲਮੋਸਟ 18 ਸਾਲ ਹੋ ਗਏ ਸੀ ਮਤਲਬ ਮੈਂ ਜਦੋਂ 6-7 ਸਾਲ ਦਾ ਸੀ ਉਦੋਂ ਤੋਂ ਮਿਊਜ਼ਿਕ ਸਿੱਖ ਰਿਹਾ ਅਤੇ ਜਿਹੜੇ ਬੰਦੇ ਨੇ 7ਵੀਂ ਦਾ ਮਤਲਬ 3rd-4th ਕਲਾਸ ਤੋਂ ਲੈ ਕੇ ਸਾਲ ਆਇਆ ਹੋਵੇ ਅਤੇ ਜਿਹਨੇ 6-6 ਘੰਟੇ ਸਾਲ ਆਇਆ ਹੋਵੇ ਉਹਦੇ ਵਾਸਤੇ 2-2.5 ਘੰਟੇ ਗਾਉਣਾ ਬਹੁਤ ਸਿੰਪਲ ਗੱਲ ਹੈ ਦੂਜੀ ਗੱਲ ਇੱਕ ਗੱਲ ਨਾਲ ਮੈਂ 100% ਐਗਰੀ ਹਾਂ ਜੀ ਜਨਰੇਸ਼ਨ ਬਦਲਦੀ ਹੈ ਮੇਰੇ ਹਮ ਉਮਰ ਆਏ ਨੇ ਗਾ ਮੇਰੇ ਤੋਂ ਵੀ ਅਗਲੀ ਜਨਰੇਸ਼ਨ ਆਉਣੀ ਹੈ ਕੋਈ ਮੇਰੇ ਸੀਨੀਅਰ ਨੇ ਤੁਸੀਂ ਹਰ ਵਾਰ ਇੱਕ ਲੀ 'ਤੇ ਰੱਖ ਕੇ ਮੈਟਰ ਨੂੰ ਨਹੀਂ ਤੁਸੀਂ ਰਿਲੀਜ਼ ਕਰ ਸਕਦੇ ਤੁਹਾਨੂੰ ਵੀ ਕਿਉਂਕਿ ਅਕਸਰ ਤਾਂ ਐਂਟਰਟੇਨਮੈਂਟ ਹੈ ਨਾ ਜੀ ਤੁਸੀਂ ਉਹ ਗੱਲ ਬੜੀ ਸਹੀ ਕੀਤੀ ਵੀ ਬਹੁਤ ਜ਼ਿਆਦਾ ਗੰਭੀਰ ਗਵੱਈਏ ਵੀ ਨਹੀਂ ਕਾਮਯਾਬ ਹੋਏ ਬਿਲਕੁਲ ਹਕੀਕਤ ਹੈ ਹੁਣ ਮੈਂ ਜਿਵੇਂ ਮਨਮੋਹਨ ਵਾਰਸ ਭਾਈ ਨੇ ਇੱਕ ਚੀਜ਼ ਉਹਨਾਂ ਨੇ ਆਪਣਾ ਗੋਗਾ ਸਾਹਿਬ ਦਾ ਇੱਕ ਸ਼ੇਅਰ ਬੋਲਿਆ ਸੀ ਉਸ ਤੋਂ ਪਹਿਲਾਂ ਇੱਕ ਲਾਈਨ ਬੋਲੀ ਸੀ ਵੀ ਇੱਦਾਂ ਦਾ ਡੂੰਘਾ ਲਿਖਣ ਲਈ ਤਾਂ ਡੂੰਘਾ ਹੋਣਾ ਜ਼ਰੂਰੀ ਆ ਸੁਣਨ ਲਈ ਵੀ ਡੂੰਘਾ ਹੋਣਾ ਪੈਂਦਾ ਸੁਣਨ ਲਈ ਵੀ ਡੂੰਘਾ ਤੁਸੀਂ ਬਹੁਤ ਗੰਭੀਰ ਮੈਂ ਅੱਜ ਜੀ ਇੱਕ ਬਹੁਤ ਰਾਗਦਾਰੀ ਵਾਲਾ ਗਾਣਾ ਕੱਢਦੇ ਜੀ ਔਰ ਉਹ ਕਿਸੇ ਨੂੰ ਸਮਝ ਹੀ ਨਾ ਆਵੇ ਇਹ ਚੀਜ਼ਾਂ ਮਤਲਬ ਤੁਹਾਡੇ ਮਿਊਜ਼ਿਕ 'ਚ ਸਿੰਪਲੀਸਿਟੀ ਤੁਹਾਡੇ ਮੈਟਰ 'ਚ ਸਿੰਪਲੀਸਿਟੀ ਤੁਸੀਂ ਗਾਣਾ ਸੁਣੋਗੇ ਵੀ ਮੁੰਡਾ ਕਰਦਾ ਕੈਨੇਡਾ 'ਚ ਡਰਾਈਵਰੀ ਤਾਂ ਉਹ ਗੱਲ ਸੁਣਿਆ ਲੱਗੂ ਯਾਰ ਸਾਡੇ ਘਰਾਂ ਦੀ ਗੱਲ ਆ ਕਿਤੇ ਕਿਤੇ ਸਾਰੀਆਂ ਚੀਜ਼ਾਂ ਜ਼ਰੂਰੀ ਹੈ ਜੀ ਪਰ ਹਰ ਚੀਜ਼ ਦਾ ਜਿੱਦਾਂ ਮੈਂ ਸਮਝਦਾ ਕਿ ਉਹ ਕਹਿੰਦੇ ਵੀ ਜਿਹਦਾ ਇਕੱਲਾ ਨਾ ਹੋਵੇ ਹੈ ਨਾ ਤਾਂ ਉਹ ਅਵਾਰਾ ਹੁੰਦਾ ਕਿਉਂਕਿ ਆਹ ਜਿਹੜੀ ਗੱਲ ਹੈ ਨਾ ਇਸ ਗੱਲ ਦੇ ਉੱਤੋਂ ਤੁਸੀਂ ਇੱਕ ਚੀਜ਼ ਜ਼ਰੂਰ ਵੱਡੇ ਪੱਧਰ ਦੇ ਉੱਤੇ ਦੇਖ ਸਕਦੇ ਹੋ ਵੀ ਫਿਰ ਅਖੀਰ ਦੇ ਉੱਤੇ ਮੈਂ ਬਹੁਤ ਕਲਾਕਾਰਾਂ ਨੂੰ ਗੁਮਨਾਮੀ ਦੇ ਵਿੱਚ ਜਾਂਦਿਆਂ ਨੂੰ ਵੇਖਿਆ ਕਿ ਉਹ ਲੋਕਾਂ ਦੇ ਵਿੱਚ ਨਹੀਂ ਵਿਚਰ ਸਕੇ ਬਹੁਤ ਵਧੀਆ ਵਧੀਆ ਕਲਾਕਾਰ ਸੀ ਮਸਲਾ ਇਸ ਗੱਲ ਦਾ ਅੱਜ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਗਾਇਕੀ ਨੂੰ ਲੋਕਾਂ ਦੇ ਵਿੱਚ ਲਿਆਉਣ ਵਾਸਤੇ ਲੋਕਾਂ ਦੇ ਹਾਣ ਦਾ ਜਿਹੜਾ ਹੈ ਉਹ ਹੋਣਾ ਪੈਂਦਾ ਹੈ ਠੀਕ ਹੈ ਕਿ ਨਹੀਂ ਜੀ ਗੁਰਨਾਮ ਜੀ ਕਮਰਸ਼ੀਅਲ ਜਦੋਂ ਤੁਸੀਂ ਆਏ ਡਾਇਮੰਡ ਤੋਂ ਪਹਿਲਾਂ ਵੀ ਸਟੇਜਾਂ ਲਾਉਣੀਆਂ ਸ਼ੁਰੂ ਕੀਤੀਆਂ ਜਾਂ ਨਹੀਂ ਹਾਂਜੀ ਮੈਂ ਮੇਲੇ ਤਾਂ ਉਦੋਂ ਤੋਂ ਲਾਉਣੇ ਸ਼ੁਰੂ ਕੀਤੇ ਜਦੋਂ ਮੈਂ 8th ਕਲਾਸ 'ਚ ਸੀਗਾ ਠੀਕ ਹੈ ਕਿਸੇ ਮੇਲੇ 'ਚ ਇੱਕ ਗਾਣੇ ਦਾ ਟਾਈਮ ਮਿਲ ਜਾਣਾ ਕਿਸੇ 'ਚ ਦੋਵਾਂ ਦਾ ਮਿਲ ਜਾਣਾ ਸੋ ਸਟੇਜਿਸ ਤਾਂ ਉਦੋਂ ਤੋਂ ਲਾਉਣੀਆਂ ਪ੍ਰੋਫੈਸ਼ਨਲੀ ਜਿਹੜੇ ਪ੍ਰੋਪਰ ਸ਼ੋ ਬੁੱਕ ਬੁਕਿੰਗ ਦੀ ਗੱਲ ਕਰਾਂ ਤਾਂ ਉਹ ਡਾਇਮੰਡ ਤੋਂ ਬਾਅਦ ਹੀ ਹੋਇਆ ਜੀ ਡਾਇਮੰਡ ਤੋਂ ਜਿਵੇਂ ਡਰਾਈਵਰੀ ਚੱਲਿਆ ਤਾਂ ਜਿਵੇਂ ਮਹੀਨੇ ਦੇ 5-6 ਪ੍ਰੋਗਰਾਮ ਸੀ ਜਦੋਂ ਡਾਇਮੰਡ ਆਇਆ ਤਾਂ ਉਦੋਂ ਜੇ 30 ਦਿਨਾਂ ਤਾਂ 32 ਪ੍ਰੋਗਰਾਮ ਹੈ ਉਦੋਂ ਇਹ ਸਿਸਟਮ ਹੋ ਗਿਆ ਡਾਇਮੰਡ ਤੋਂ ਪਹਿਲਾਂ ਪਿਆਰਾ ਗੀਤ ਕਿਹੜਾ ਰਿਹਾ ਜਿਹੜਾ ਮਾੜਾ ਜਿਹਾ ਗਾ ਕੇ ਜ਼ਰੂਰ ਸੁਣਾਇਆ ਡਾਇਮੰਡ ਵੈਸੇ ਤਾਂ ਗਾਣੇ ਸਾਰੇ ਹੀ ਮੈਂ ਹਮੇਸ਼ਾ ਹੀ ਇਹ ਮੈਟਰ ਸਿਲੈਕਟ ਕੀਤਾ ਕਿ ਜਿਹੜਾ ਮੈਂ ਕਿਤੇ ਵੀ ਸੁਣਾ ਸਕਦਾ ਪਰ ਮੈਨੂੰ ਉਹ ਗਾਣਾ ਬਹੁਤ ਵਿੱਕੀ ਧਾਲੀਵਾਲ ਬਾਈ ਸਾਡਾ ਬਹੁਤ ਪਿਆਰਾ ਵੀਰ ਉਹਨੇ ਪਹਿਲਾ ਗਾਣਾ ਜਿਹੜਾ ਮੈਂ ਲਿਖ ਕੇ ਦਿੱਤਾ ਸੀ ਉਹ ਸੀ ਉਹ ਰੱਖ ਦੀਆਂ ਮਾਣ ਕੋਈ ਗੱਲ ਨਾ ਵੇ ਮੋੜਦੀ ਵੇਖੀ ਕਿਤੇ ਭੁੱਲਰਾਵੇ ਦਿਲ ਨਾ ਤੂੰ ਤੋੜਦੀ ਸੁਰਖ ਬੁੱਲਾਂ ਚੋਂ ਸਾਰਾ ਦਿਨ ਸੱਜਣਾ ਧਾਲੀਵਾਲ ਧਾਲੀਵਾਲ ਰਹਾਂ ਕਰਦੀ ਸਹੁੰ ਤੇਰੀ ਜੱਟੀ ਚੱਲਦੀ ਨੀ ਆਕੜਾਂ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਸਹੁੰ ਤੇਰੀ ਜੱਟੀ ਚੱਲਦੀ ਨੀ ਆਕੜਾਂ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਹੁਣ ਇਹਨਾਂ ਗੀਤਾਂ ਦੇ ਵਿੱਚ ਵਗੈਰਾ ਤੌਰ ਦੇ ਉੱਤੇ ਰਿਸ਼ਤਿਆਂ ਦੀ ਅਤੇ ਇੱਕ ਮੈਂ ਸਮਝਾਂਗਾ ਕਿ ਤੌਫੀਕ ਦੀ ਤਜਵੀਜ਼ ਬਹੁਤ ਵਧੀਆ ਗੱਲ ਹੈ ਬਹੁਤ ਸੋਹਣੀ ਗੱਲ ਹੈ ਪਰਿਵਾਰਕ ਗੱਲ ਹੈਗੀ ਆ ਦੋਸਤੋ ਕਾਲ ਕਰ ਸਕਦੇ ਹੋ ਕੋਈ ਵੀ ਸਵਾਲ ਤੁਹਾਡੇ ਮਨ ਮੰਦਰਾਂ ਦੇ ਵਿੱਚ ਹੈ ਅਸੀਂ ਬੜੀਆਂ ਗੱਲਾਂ ਕੀਤੀਆਂ ਨਾਲ ਨਾਲ ਕਰਦੇ ਰਵਾਂਗੇ ਹੁਣ ਤੁਹਾਡੇ ਸੁਝਾਅ ਤੁਹਾਡਾ ਪਿਆਰ ਤੁਹਾਡੀ ਮੁਹੱਬਤ ਤੁਹਾਡੀ ਹਾਜ਼ਰੀ ਵੀ ਬਕਾਇਦਾ ਤੌਰ ਦੇ ਉੱਤੇ ਅਸੀਂ ਜ਼ਰੂਰ ਲਵਾਂਗੇ 7187865222 7182 ਦੇ ਉੱਤੇ ਕਰ ਸਕਦੇ ਹੋ ਕਾਲ ਈਮੇਲ ਵੀ riyar@justbroadcasting.com ਔਰ info@justbroadcasting.com ਦੇ ਉੱਤੇ ਈਮੇਲ ਵੀ ਕਰ ਸਕਦੇ ਹੋ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੋਸਤੋ ਮੁੜ ਹਾਜ਼ਰ ਹੋਏ ਹਾਂ ਗੁਰਨਾਮ ਭੁੱਲਰ ਦੇ ਨਾਲ ਖਾਸ ਗੱਲਬਾਤ ਲੈ ਕੇ ਕਰੀਏ ਵਿਚਾਰ ਕੀ ਨੇ ਤੁਹਾਡੇ ਵਿਚਾਰ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਰਿਆਜ਼ ਸਾਹਿਬ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਬਲਵਿੰਦਰ ਸਿੰਘ ਬੋਲ ਰਿਹਾ ਜੀ ਹੋਸਟਲ ਤੋਂ ਹਾਂਜੀ ਬਲਵਿੰਦਰ ਜੀ ਹਾਂਜੀ ਤੇ ਇਹ ਭੁੱਲਰ ਸਾਹਿਬ ਸਾਡੇ ਗੁਆਂਢੀ ਆ ਜੀ ਠੀਕ ਹੈ ਜੀ ਕੀ ਬਾਤਾਂ ਨੇ ਕੀ ਬਾਤਾਂ ਨੇ ਬਲਵਿੰਦਰ ਜੀ ਖੁੱਲ ਕੇ ਦੱਸ ਦਿਓ ਕਿਵੇਂ ਗੁਆਂਢੀ ਆ ਹਾਂਜੀ 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 ਮੇਰਾ ਪਿੰਡ ਟਿੱਬਾਂ ਵਾਲੀ ਆ ਜੀ ਠੀਕ ਹੈ ਜੀ ਠੀਕ ਹੈ ਇਹਨਾਂ ਦਾ ਪਿੰਡ ਹਾਂ ਤੇ ਤੁਹਾਡਾ ਪਿੰਡ ਕਮਾਲ ਵਾਲੀ ਹਾਂਜੀ 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 ਬਹੁਤ ਖੁਸ਼ੀ ਹੋਈ ਤੁਸੀਂ ਫੋਨ ਕੀਤਾ ਥੈਂਕ ਯੂ
ਹਾਂਜੀ ਹਾਂਜੀ ਬਹੁਤ ਖੁਸ਼ੀ ਹੋਈ ਤੈਨੂੰ ਵੇਖ ਕੇ ਬੇਟੇ ਤੇ ਅਪ੍ਰੈਲ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਵਿਸਾਖੀ ਦੇ ਸ਼ੋਅ ਜਿਹੜੇ ਨੇ ਹਾਈਪ ਇੰਟਰਟੇਨਮੈਂਟ ਵੱਲੋਂ ਪੂਰੇ ਅਮਰੀਕਾ ਦੇ ਵਿੱਚ ਗੁਰਨਾਮ ਭੁੱਲਰ ਹੋਰੀ ਆਪਣੇ ਪੂਰੇ ਬੈਂਡ ਦੇ ਨਾਲ ਇੱਥੇ ਆ ਰਹੇ ਆ ਔਰ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬੜਾ ਜਿਹੜਾ ਸੀ ਉਹ ਅਪ ਐਂਡ ਡਾਊਨ ਆਏ ਕਲਾਕਾਰਾਂ ਦੇ ਵੀਜ਼ੇ ਨਹੀਂ ਲੱਗਦੇ ਜਿਹੜੇ ਲੋਕ ਸ਼ੋਅ ਕਰਾਉਣ ਵਾਲੇ ਸੀ ਉਹਨਾਂ ਨੂੰ ਵੀ ਬੜਾ ਕੁਛ ਇਸ ਤਰ੍ਹਾਂ ਦਾ ਕਰਨਾ ਪਿਆ ਪਰ ਮੈਂ ਸਮਝਾਂਗਾ ਕਿ ਇੱਕ ਬਹੁਤ ਵੱਡਾ ਸਬੱਬ ਹੈ ਕਿ ਵੀ ਕਲਾਕਾਰ ਨੂੰ ਰੋਕ ਟੋਕ ਨਹੀਂ ਹੈ ਕਲਾਕਾਰ ਪਹਿਲਾਂ ਹੀ ਤੁਹਾਡੇ ਵਿੱਚ ਹਾਜ਼ਰ ਹੈ ਬੇਝਿਜਕ ਹੋ ਕੇ ਬਿਲਕੁਲ ਜੀ ਬਿਲਕੁਲ ਅਸੀਂ ਵੇਟ ਕਰ ਰਹੇ ਜੀ ਸਾਡੀ ਰੁਸਤਰਾਂ ਤੇ ਮਿਲਾਂਗੇ ਜੀ ਇਹਨਾਂ ਨੂੰ ਜ਼ਰੂਰ ਜੀ ਥੈਂਕ ਯੂ ਭਾਜੀ ਥੈਂਕ ਯੂ ਬਲਵਿੰਦਰ ਜੀ ਥੈਂਕ ਯੂ ਹੈਲੋ ਨਸ਼ੇ ਨਾ ਇੱਕ ਉਹਨਾਂ ਤੇ ਗਾਣੇ ਲਿਖੋ ਇੱਕ ਜਿਹੜੀਆਂ ਮਾਵਾਂ ਪੈਠੀਆਂ ਸਾਰਾ ਬਾਰਡਰ ਏਰੀਆ ਚਿੱਟੀਆਂ ਚੁੰਨੀਆਂ 70 ਦਿਸ ਗਏ ਆ ਉਹਨਾਂ ਤੇ ਗਾਣੇ ਲਿਖੋ ਤੇ ਜਿਹੜੀ ਗੌਰਮੈਂਟ ਨਲਾਇਕ ਆ ਉਹਦੇ ਤੇ ਗਾਣੇ ਲਿਖੋ ਵੀ ਇੰਨੀ ਗੰਦੀ ਗੌਰਮੈਂਟ ਇੰਨਾ ਨਲਾਇਕ ਪੁਣਾ ਇਹਨਾਂ ਦਾ ਮਾਮਾ ਦੇ ਪੁੱਤਾਂ ਦਾ ਕੋਈ ਕਦਰ ਪਾਉਣ ਗਾਣੇ ਦੇ ਥਰੂ ਏਦਾਂ ਲੋਕਾਂ ਦਾ ਦਿਲ ਜਿਹੜਾ ਹੈ ਜਿੱਤੋ ਬਾਕੀ ਹੋਰ ਗਲਤ ਗਾਣੇ ਨਾ ਲਿਖੋ ਅਸੀਂ ਰੇਤਾਂ ਦੇ ਗੱਭਰੂਆਂ ਨੂੰ ਇਹੀ ਗੱਲ ਕਵਾਂਗੇ ਸਾਡਾ ਛੋਟੇ ਵੀਰ ਵਰਗਾ ਆ ਵੀ ਆਪਣੇ ਆਪ ਨੂੰ ਤੁਸੀਂ ਜਿੰਨੇ ਏਦਾਂ ਦੇ ਗਾਣੇ ਲਿਖੋਗੇ ਓਨਾ ਵਧੀਆ ਰਹੋਗੇ ਮਿਹਰਬਾਨੀ ਥੈਂਕ ਯੂ ਗੁਰਨਾਮ ਜੀ ਕਦੇ ਵੈਸੇ ਏਦਾਂ ਦੀ ਗੱਲ ਹੋਈ ਕਿ ਮੈਂ ਤਾਂ ਇੱਕ ਗੱਲ ਸਮਝਦਾ ਵੀ ਤੁਹਾਡੇ ਵਰਗਾ ਨੌਜਵਾਨ ਜਿਹੜਾ ਖਾਸ ਤੌਰ ਦੇ ਉੱਤੇ ਜਿਹਦੇ ਅੰਦਰ ਪਿੰਡਾਂ ਦੀ ਮਹਿਕ ਹੈ ਔਰ ਪਿੰਡਾਂ ਦੇ ਦੁੱਖ ਨੂੰ ਵੀ ਜਾਣਦੇ ਹਾਂ ਆਪਾਂ ਅਤੇ ਪਿੰਡਾਂ ਦੀ ਹਕੀਕਤ ਨੂੰ ਵੀ ਜਾਣਦੇ ਹਾਂ ਅਤੇ ਇੱਦਾਂ ਦਾ ਹਾਲਾਤ ਜਿਹੜਾ ਪੰਜਾਬ ਦਾ ਇਸ ਵੇਲੇ ਬਣਿਆ ਹੋਇਆ ਮੈਂ ਸਮਝਦਾ ਵੀ ਇੱਕ ਬੰਦਾ ਨਹੀਂ ਸੁਧਾਰ ਸਕਦਾ ਔਰ ਨਾ ਹੀ ਗਾਣੇ ਸੁਧਾਰ ਸਕਦੇ ਆ ਜੇ ਇਸ ਗੱਲ ਨੂੰ ਵੀ ਅਸੀਂ ਮੰਨਦੇ ਹਾਂ ਵੀ ਜੇ ਗਾਣੇ ਲਿਖਣੇ ਜਾਂ ਮੈਂ ਇੱਥੇ ਬੈਠ ਕੇ ਮੇਰਾ ਖਿਆਲ ਹੈ ਕਿ ਜਿੰਨੇ ਮੈਂ ਪ੍ਰੋਗਰਾਮ ਕੀਤੇ ਹੋਣੇ ਉਹਨੇ ਕਿਸੇ ਨੇ ਪ੍ਰੋਗਰਾਮ ਨਹੀਂ ਕੀਤੇ ਹੋਣੇ ਇਸ ਗੱਲ ਦੇ ਪਰ ਉਹ ਨਹੀਂ ਸੁਧਾਰਿਆ ਜਾ ਸਕਦਾ ਪਰ ਆਵਾਜ਼ ਉੱਠਣੀ ਚਾਹੀਦੀ ਹੈ ਕੁਛ ਇੱਦਾਂ ਦਾ ਆਇਆ ਮਨ 'ਚ ਵੀ ਕਰੀਏ ਗੱਲ ਮੈਂ ਬਹੁਤ ਫਰੈਂਕ ਹਾਂ ਇਸ ਇਹਨਾਂ ਗੱਲਾਂ 'ਚ ਮੈਂ ਬਹੁਤ ਫਰੈਂਕ ਹਾਂ ਔਰ ਮੈਂ ਕਈ ਵਾਰੀ ਖੁੱਲ੍ਹੇਆਮ ਸਟੇਜਾਂ 'ਤੇ ਬੋਲ ਦਿੰਦਾ ਹੁੰਦਾ ਕਿ ਸਾਡਾ ਪੰਜਾਬ ਜੇ ਤੁਸੀਂ ਆਵਾਜ਼ ਨਹੀਂ ਚੱਕ ਸਕਦੇ ਤੁਹਾਡੇ ਨਾ ਆਵਾਜ਼ ਚੱਕਣ ਦਾ ਕਾਰਨ ਵੀ ਮੇਰਾ ਕਾਰਨ ਹੈ ਕਿ ਮੈਂ ਨਹੀਂ ਚੱਕ ਸਕਦਾ ਕਿਤੇ ਨਾ ਕਿਤੇ ਪੋਲੀਟਿਕਸ ਹਰ ਚੀਜ਼ ਦੇ ਵਿੱਚ ਹੈ ਜੀ ਔਰ ਅੱਜ ਇਮਾਨਦਾਰ ਬੰਦੇ ਨੂੰ ਕੋਈ ਇਮਾਨਦਾਰ ਰਹਿਣ ਨਹੀਂ ਦਿੰਦਾ ਔਰ ਇਮਾਨਦਾਰ ਸੱਚ ਬੋਲਣ ਵਾਲੇ ਦਾ ਗਾਟਾ ਸਭ ਤੋਂ ਪਹਿਲਾਂ ਲਾਉਂਦੇ ਆ ਜੇ ਕੋਈ ਚੀਜ਼ ਮੈਂ ਜਿੰਨਾ ਕੁ ਓਬਜ਼ਰਵ ਕੀਤਾ ਕਿ ਜੇ ਕੋਈ ਚੀਜ਼ ਸੁਧਾਰ ਸਕਦੀ ਹੈ ਤਾਂ ਆਪਣਾ ਆਪ ਅਸੀਂ ਸੁਧਾਰ ਸਕਦੇ ਹਾਂ ਮੈਂ ਬੰਬੇ ਵਰਕਸ਼ਾਪ ਲਾਈ ਸੀ ਇੱਕ ਵਾਰੀ ਅਤੇ ਮੈਂ ਬਹੁਤ ਫਰਸਟ੍ਰੇਟ ਹੋਇਆ ਮੈਂ ਕਿਹਾ ਜੀ ਮੈਨੂੰ ਵੋਇਸ ਕਲਚਰ ਮੇਰੇ ਉਸਤਾਦ ਜੀ ਬੈਠੇ ਮੈਂ ਕਿਹਾ ਮੈਨੂੰ ਵੋਇਸ ਕਲਚਰ ਨਹੀਂ ਸਿਖਾ ਰਿਹਾ ਕੋਈ ਤਾਂ ਕਹਿੰਦੇ ਕੌਣ ਸਿਖਾਏਗਾ ਤੇਰੇ ਕੋ ਤੂੰ ਸਿਖਾਏਗਾ ਤੇਰੇ ਕੋ ਅੱਛਾ ਅਸੀਂ ਆਪ ਮਾਂ ਪਿਓ ਆਪ ਸਿਖਾ ਸਕਦੇ ਆਪਦੇ ਜਵਾਕਾਂ ਨੂੰ ਤੁਸੀਂ ਕਈ ਵਾਰੀ ਆਪਣੇ ਘਰਾਂ 'ਚ ਹੀ ਹੈ ਜੀ ਵੀ ਫੁਕਰਬਾਜ਼ੀ 'ਚ ਜ਼ਿਆਦਾ ਕੰਮ ਚੱਲ ਰਿਹਾ ਆਪਣੇ ਪਿੰਡਾਂ 'ਚ ਸਾਡੇ ਘਰਾਂ 'ਚ ਇਹ ਚੀਜ਼ਾਂ ਨੇ ਕਿ ਜਿਹਦੇ ਕੋਲ 4 ਕਿੱਲੇ ਪੈਲੀ ਹੈ ਤਾਂ ਗੱਡੀ ਉਹਨੇ ਵੀ ਫੋਰਚੂਨਰ ਰੱਖਣੀ ਹੈ ਕਿਤੇ ਨਾ ਕਿਤੇ ਸਿਰਫ ਕਲਾਕਾਰ ਜਾਂ ਸਿਰਫ ਜਰਨਲਿਸਟ ਜਾਂ ਸਿਰਫ TV ਜਾਂ ਸਿਰਫ ਐਂਟਰਟੇਨਮੈਂਟ ਇੰਡਸਟਰੀ ਕਿਸੇ ਇੱਕ ਚੀਜ਼ ਨੂੰ ਸੁਧਾਰ ਨਹੀਂ ਸਕਦੀ ਇਹ ਸਾਰਿਆਂ ਨੂੰ ਸੁਧਾਰਨਾ ਪੈਂਦਾ ਇੱਥੇ ਮੈਂ ਬਹੁਤ ਵੱਡੀਆਂ ਗੱਲਾਂ ਕਰ ਜੂੰਗਾ ਵੀ ਕੁੜੀਆਂ ਨੂੰ ਅੱਗੇ ਲੈ ਕੇ ਆਓ ਜੀ ਨਸ਼ੇ ਬੰਦ ਕਰੋ ਇੰਪਲੀਮੈਂਟ ਕਿੱਥੇ ਹੋ ਰਿਹਾ ਇੰਪਲੀਮੈਂਟ ਕਿੱਥੇ ਹੋ ਰਿਹਾ ਕਿਉਂਕਿ ਆਪਾਂ ਲੋਕ ਸਾਰੇ ਪ੍ਰਚਾਰਕ ਹੈ ਮੈਂ ਤੁਸੀਂ ਵੀ ਗੱਲ ਕਰਨੀ ਕੀ ਤਰ੍ਹਾਂ ਹੀ ਪ੍ਰਚਾਰ ਕੋਈ ਗੁੱਸਾ ਨਾ ਕਰ ਜੇ ਐਟ ਪ੍ਰੈਜ਼ੈਂਟ ਬਹੁਤ ਬੰਦੇ ਜਿਹੜੇ ਹੋ ਸਕਦਾ ਕਾਲ ਵੀ ਕਰ ਰਹੇ ਜਾਂ ਕਈ ਵਾਰੀ ਘਰੇ ਡਿਸਕਸ਼ਨ ਕਰਦੇ ਹੋਣ ਉਹਨਾਂ ਦੇ ਹੱਥ 'ਚ ਪੈਗ ਹੋਊਗਾ ਔਰ ਡਿਸਕਸ਼ਨ ਕਰ ਰਹੇ ਹੋਣਗੇ ਵੀ ਅਸੀਂ ਪੰਜਾਬ ਸੁਧਾਰਨਾ ਤੁਸੀਂ ਗੁਰਬਾਣੀ ਗੁਰਦੁਆਰੇ ਆਪਾਂ ਸਾਰੇ ਜਾਂਦੇ ਹਾਂ ਔਰ ਗੁਰਬਾਣੀ ਨੂੰ ਕੋਈ ਨਹੀਂ ਮੰਨਦਾ ਜੀ ਗੁਰਬਾਣੀ ਨੂੰ ਸਮਝਦਾ ਕੋਈ ਨਹੀਂ ਆਪਾਂ ਸੀਸ ਝੁਕਾ ਦਿੰਦੇ ਹਾਂ ਪਰ ਉਹਦੇ ਗੁਰੂ ਨੂੰ ਮੰਨਦੇ ਗੁਰੂ ਦੀ ਨਹੀਂ ਮੰਨਦੇ ਉਹਨੇ ਜੀ ਕਿ ਜਿੰਨਾ 'ਚ ਮੈਂ ਸਮਝਦਾ ਕਿ ਜੇ ਆਪਾਂ ਇਹਨਾਂ ਗੱਲਾਂ ਦੀ ਜਦੋਂ ਤਹਿ ਤੱਕ ਜਾਂਦੇ ਹਾਂ ਤਾਂ ਅਸੀਂ ਆਪ ਜ਼ਿੰਮੇਵਾਰ ਹਾਂ ਜਿਹੜੀਆਂ ਕਮੀਆਂ ਮੇਰੇ 'ਚ ਨੇ ਉਹ ਕਮੀਆਂ ਦਾ ਮੈਂ ਜ਼ਿੰਮੇਵਾਰ ਹਾਂ ਜੀ ਜੇ ਪੰਜਾਬ 'ਚ ਨਸ਼ਾ ਜਿੱਥੇ ਕਿਤੇ ਵੀ ਹੈਗਾ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਆਪਦਾ ਐਟਮੋਸਫੇਅਰ ਕਿਤੇ ਨਾ ਕਿਤੇ ਹੁਣ ਜੱਟਾਂ ਦੇ ਮੁੰਡਿਆਂ ਨੂੰ ਟਰੈਕਟਰ ਚਲਾਉਣਾ ਹੀ ਸ਼ਰਮ ਲੱਗਦੀ ਹੈ ਇੱਥੇ ਆ ਕੇ ਤੁਸੀਂ 18-18 ਮੈਨੂੰ ਉਸ ਵੇਲੇ ਸ਼ਰਮ ਆਉਂਦੀ ਹੈ ਵੀ ਜਦੋਂ ਤੁਸੀਂ ਇੱਕ ਵਧੀਆ ਮਰੂਤੀ ਕਾਰ ਜਾਂ ਵਧੀਆ ਕੋਈ ਕਾਰ ਹੋਰ ਵੀ ਜਿਹੜੀ ਹੈ ਕੋਈ ਉੱਥੇ ਦੀ ਉਹਨੂੰ ਤੁਸੀਂ ਝੋਨੇ ਵਿੱਚ ਵਾੜਦੇ ਹੋ ਕੱਦੂ ਵਿੱਚ ਵਾੜਦੇ ਲਵੇੜਦੇ ਹੋ ਵੀ ਦੇਖੋ ਵੀ ਸਾਡੀ ਮੈਂ ਤੁਹਾਨੂੰ ਕਹਿੰਦਾ ਜੀ ਸਾਡੇ ਪਿੰਡ 'ਚ ਮੈਂ ਆਪਦੇ ਪਿੰਡ ਦੀ ਗੱਲ ਕਰਦਾ ਕਿ ਮੈਨੂੰ ਲੱਗਦਾ ਵੀ 50% ਮੁੰਡੇ ਸਨੈਪਚੈਟ 'ਤੇ ਬੈਠੇ ਹੋਣੇ ਕਿਸੇ ਨੇ ਇੰਨਾ ਉਪਰਾਲਾ ਤਾਂ ਕੀਤਾ ਨਹੀਂ ਵੀ ਯਾਰ ਦਿਹਾੜੀਏ ਲਾਏ ਆ ਜੀ ਤੁਸੀਂ ਕੰਮ ਕਰ ਲਓ ਆਪ ਇੱਥੇ ਕਨੇਡਾ ਆ ਕੇ ਕੰਮ ਉਹੀ ਉਹ ਬੇਰੀ ਟੁੱਟਦੀ ਆ ਨਰਮਾ ਨਹੀਂ ਟੁੱਟਦਾ
ਸੋ ਕਿਤੇ ਨਾ ਕਿਤੇ ਸਾਰੇ ਜ਼ਿੰਮੇਵਾਰ ਆ ਔਰ ਇੱਕ ਬੰਦਾ ਕਦੀ ਵੀ ਸੁਧਾਰ ਨਹੀਂ ਸਕਦਾ ਜਦੋਂ ਤੁਹਾਡੀ ਸਾਡੀ ਸੋਚ ਨਹੀਂ ਜਿੰਨਾ ਚਿਰ ਇੰਪਰੂਵ ਹੋ ਸਕਦੀ ਉਨਾ ਚਿਰ ਕੁਛ ਨਹੀਂ ਇੰਪਰੂਵ ਹੋਣਾ ਕੁਛ ਨਹੀਂ ਇੰਪਰੂਵ ਹੁੰਦਾ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਹੈਲੋ ਹੈਲੋ ਜੀ ਹਾਂਜੀ ਹਾਂਜੀ ਜਿੱਦਾਂ ਆਪਣੇ ਮਾਨ ਸਾਹਿਬ ਹੋਏ ਨੇ ਗੁਰਦਾਸ ਮਾਨ ਸਾਹਿਬ ਔਰ ਭਜਨ ਮਾਨ ਸਾਹਿਬ ਤੇ ਦੈਟਸ ਵੈਰੀ ਗੁੱਡ ਮੈਂ ਇਹਨਾਂ ਨੂੰ ਸੁਣਿਆ ਤਾਂ ਖੈਰ ਹੈ ਨੀ ਬਹੁਤਾ ਤਾਂ ਦੂਜਾ ਮੈਨੂੰ ਜ਼ਿਆਦਾ ਅੱਛਾ ਇਹ ਲੱਗਾ ਕਿ ਜਦੋਂ ਇਹਨਾਂ ਨੇ ਕਿਹਾ ਕਿ ਮੈਂ ਏ ਪੀ ਜੇ ਕਾਲਜ ਆਫ ਫਾਈਨ ਆਰਟਸ ਮੇਰੇ ਖਿਆਲ ਉੱਥੇ ਕਰ ਰਹੇ ਨੇ ਕੁਛ ਤੇ ਮੈਂ ਮੂਵ ਹੋਇਆ ਜੀ ਇੱਥੇ 20 ਸਾਲ ਪਹਿਲਾਂ ਤੇ ਮੈਂ ਜਲੰਧਰ ਹੀ ਰਹਿੰਦਾ ਉੱਥੇ ਘਰ ਹੈ ਮੇਰਾ ਤੇ ਮੇਰੇ ਬੱਚੇ ਸਾਰੇ ਏ ਪੀ ਜੇ ਸਕੂਲ 'ਚ ਪੜ੍ਹਦੇ ਹੁੰਦੇ ਸੀ ਤੇ ਪਿੱਛੇ ਜੀ ਉੱਥੇ ਗਏ ਬੱਚੇ ਦਾ ਵਿਆਹ ਸੀਗਾ ਵੱਡੇ ਦਾ ਤੇ ਸਾਰੇ ਬੱਚੇ ਕਹਿਣ ਵੀ ਇਹਦੇ ਜੀ ਜਾਣਾ ਜੀ ਸਾਰਿਆਂ ਨੂੰ ਦਿਖਾਇਆ ਉੱਥੇ ਮੈਂ ਸਾਰਾ ਜੀ ਟੀ ਰੋਡ ਤੇ ਏ ਪੀ ਜੇ ਸਕੂਲ ਜੇ ਉਹ ਤੇ ਇਸ ਕਰਕੇ ਮੈਨੂੰ ਇਹ ਬਹੁਤ ਚੰਗਾ ਲੱਗਾ ਇਹਨਾਂ ਨੂੰ ਦੇਖ ਕੇ ਤੇ ਕੁਛ ਪੁਰਾਣੀਆਂ ਯਾਦਾਂ ਸਾਰੀਆਂ ਆ ਗਈਆਂ ਤੇ ਜਿਹੜੀ ਤੁਹਾਡਾ ਜਿਹੜਾ ਤੁਹਾਡਾ ਵਿਸ਼ਾ ਬਹੁਤ ਵਧੀਆ ਹੈਗਾ ਕਿ ਗਾਣੇ ਗੁਣ ਤੇ ਬਹੁਤ ਆ ਜਿੱਦਾਂ ਸੰਧੂ ਸਾਹਿਬ ਮੈਂ ਇਹ ਗੱਲ ਕਹਿਣੀ ਚਾਹਾਂਗਾ ਜ਼ਰੂਰ ਕਿ ਮੈਂ ਬਕਾਇਦਾ ਤੌਰ 'ਤੇ ਬਹੁਤ ਓਪਨ ਵਿਅਕਤੀ ਹੈ ਤੁਸੀਂ ਮੈਨੂੰ ਇੰਨੇ ਸਾਲਾਂ ਤੋਂ ਇੱਥੇ ਸੁਣਦੇ ਹੋ ਟੈਲੀਵਿਜ਼ਨ ਦੇ ਉੱਤੇ ਮੈਂ ਇੱਕ ਗੱਲ ਕਹਾਂਗਾ ਕਿ ਗੁਰਨਾਮ ਮੇਰੇ ਤੋਂ ਅੱਧੀ ਉਮਰ ਦਾ ਹੈ ਬਹੁਤ ਲੋਕ ਮੇਰੇ ਤੋਂ ਇਹ ਤਵੱਕੋ ਕਰਦੇ ਹੋਣਗੇ ਕਿ ਮੈਂ ਸ਼ਾਇਦ ਇਕੱਲਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਸੁਣਦਾ ਜਾਂ ਮੈਂ ਗੁਰਦਾਸ ਮਾਨ ਸਾਹਿਬ ਉਹਨਾਂ ਨੂੰ ਸੁਣਦਾ ਪਰ ਮੈਂ ਦੱਸਦਾ ਵੀ ਜਦੋਂ ਮੈਂ ਇੱਥੋਂ ਤੁਰਦਾ ਮੈਂ ਗੁਰਨਾਮ ਦੇ ਗੀਤ ਲਾ ਲੈਂਦਾ ਉਹਨਾਂ ਵਿੱਚ ਸਾਫ਼ ਸੁਥਰੇ ਗੀਤ ਆ ਤਾਂ ਕਿਉਂ ਸੁਣਦਾ ਬਈ ਮਤਲਬ ਅਜੋਕੇ ਸਮੇਂ ਦੇ ਵਿੱਚ ਜਦੋਂ ਵਕਤ ਬਦਲਦਾ ਜਦੋਂ ਸਮਾਂ ਬਦਲਦਾ ਸਮੇਂ ਦੀ ਪੌੜੀ ਚਾਲ ਜਦੋਂ ਬਦਲਦੀ ਹੈ ਤੇ ਉਸ ਚਾਲ ਦੇ ਵਿੱਚ ਬਹੁਤ ਕੁਛ ਵਧੀਆ ਵੀ ਹੁੰਦਾ ਜੇਕਰ ਵਧੀਆ ਨੂੰ ਅਸੀਂ ਵਧੀਆ ਕਹੀਏ ਰਾਈਟ ਅੱਜ ਅਸੀਂ ਇਹੀ ਲੜੀ ਜਾਂਦੇ ਹਾਂ ਜੀ ਵੀ ਮਤਲਬ ਅਸੀਂ ਜੀ ਇਕੱਲਾ ਪਾਠ ਹੀ ਕਰਾਂਗੇ ਗੁਰਬਾਣੀ ਕਰਾਂਗੇ ਸੱਭਿਆਚਾਰ ਨੂੰ ਵੀ ਗਾਲਾਂ ਕੱਢੀ ਜਾਂਦੇ ਜਿਸ ਤੋਂ ਬਿਨਾਂ ਅਸੀਂ ਜਿਉਂਦੇ ਹੀ ਨਹੀਂ ਰਹਿ ਸਕਦੇ ਜਿਸ ਤੋਂ ਬਿਨਾਂ ਕਲਚਰ ਤਾਂ ਬਹੁਤ ਜ਼ਰੂਰੀ ਹੈ ਕਲਚਰ ਬਹੁਤ ਜ਼ਰੂਰੀ ਹੈ ਜਿਹਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ ਕਈ ਵਾਰੀ ਅਸੀਂ ਕੱਟੜਤਾ ਦੇ ਹੇਠ ਉਹਨੂੰ ਮਾਰਨ ਦੀ ਵੀ ਗੱਲ ਕਰ ਰਹੇ ਹਾਂ ਅਸੀਂ ਆ ਵੀ ਗਏ ਹੁਣ ਚਲੋ 20 ਸਾਲ ਹੋ ਗਏ ਰਹਿੰਦੇ ਹਾਂ ਤੇ ਫਿਰ ਵੀ ਚਲੋ ਜਿੱਦਾਂ ਫਸ ਗਏ ਜਿੱਦਾਂ ਤੁਸੀਂ ਹੈਗਾ ਲੇਕਿਨ ਇਹ ਕਿ ਬੱਚਿਆਂ ਨੂੰ ਇਹ ਕਹੀਦਾ ਵੀ ਆਪਣਾ ਆਪਣੀ ਆਪਣੀ ਮਾਂ ਬੋਲੀ ਆਪਣੀ ਕਲਚਰ ਕਮ ਸੇ ਕਮ ਜਿੰਨਾ ਕੁ ਸੰਭਾਲ ਕੇ ਜਿੰਨਾ ਚ ਰੱਖ ਸਕਦੇ ਓਨਾ ਚ ਰੱਖੋ ਤੇ ਬਾਕੀ ਚਲੋ ਬਾਅਦ ਚ ਦੇਖ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਹੈਲੋ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤਾ ਗਾਇਕੀ ਦਾ ਪਤਾ ਤਾਂ ਨਹੀਂ ਹੈ ਜੀ ਪਰ ਮੈਂ ਸਕੂਲ ਲੈਵਲ ਤੱਕ ਬੜੀ ਅੱਛੀ ਗਾਈ ਆ ਕੀ ਬਾਤ ਹੈ ਅੱਜ ਸੁਣ ਹੀ ਲੈਂਦੇ ਆ ਨਹੀਂ ਜੀ ਸਾਡੇ ਸਾਹਮਣੇ ਬੈਠੇ ਬੱਚੇ ਬਹੁਤ ਪਿਆਰੇ ਪਿਆਰੇ ਹੁੰਦੇ ਆ ਕੀ ਬਾਤ ਹੈ ਮਿਹਰਬਾਨੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦੀਆਂ ਕਾਲਾਂ ਲਵਾਂਗੇ ਛੋਟੀਆਂ ਛੋਟੀਆਂ ਕਾਲਾਂ ਲਵਾਂਗੇ ਦੋਸਤੋ ਕਿਉਂਕਿ ਵਕਤ ਬੜਾ ਘੱਟ ਹੈ ਜੇ ਗੁਰਨਾਮ ਭੁੱਲਰ ਹੋਰਾਂ ਨੇ ਆਪਣੇ ਸ਼ੋਆਂ ਦੀ ਤਰਤੀਬ ਦੱਸਣੀ ਆ ਔਰ ਜਸ ਪੰਜਾਬੀ ਇੱਕ ਉਹ ਵਿਹੜਾ ਜਸ ਪੰਜਾਬੀ ਵਿਰਾਸਤ ਵਾਲੇ ਲੋਕਾਂ ਦਾ ਜਸ ਪੰਜਾਬੀ ਪੰਜਾਬੀਆਂ ਦਾ ਇੱਕ ਉਹ ਚਵਾਰਾ ਹੈ ਜਿਸ ਦੇ ਵਾਸਤੇ ਕਦੇ ਵੀ ਅਸੀਂ ਕੁੰਡਾ ਨਹੀਂ ਲਾਇਆ ਖੁੱਲ੍ਹੇ ਵਿਹੜੇ ਰੱਖੇ ਹੋਏ ਨੇ ਔਰ ਖੁੱਲ੍ਹੇ ਖਾਤੇ ਰੱਖੇ ਹੋਏ ਨੇ ਹਰ ਇੱਕ ਸਬਜੈਕਟ ਵਾਸਤੇ ਗੁਰਨਾਮ ਭੁੱਲਰ ਨਾਲ ਗੱਲਾਂ ਦਾ ਸਿਲਸਿਲਾ ਰਹੇਗਾ ਜਾਰੀ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆ ਦੋਸਤੋ ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਗੁਰਨਾਮ ਜੀ ਮੈਨੂੰ ਇਹ ਦੱਸੋ ਕਿ ਜਿਹੜੇ ਅਪ੍ਰੈਲ ਦੇ ਵਿੱਚ ਸ਼ੋਅ ਹੈ ਥੋੜ੍ਹੀ ਉਹਨਾਂ ਦਾ ਵੇਰਵਾ ਦੱਸੋ ਕਿਵੇਂ ਸਭ ਤੋਂ ਪਹਿਲਾਂ ਤਾਂ ਜੀ ਮੈਂ ਥੈਂਕਸ ਕਰਦਾ ਹਾਈਪ ਐਂਟਰਟੇਨਮੈਂਟ ਸਾਡੇ ਗਿੱਲ ਸਾਹਿਬ ਬਰਾੜ ਸਾਹਿਬ ਸਾਡੇ ਆਪਦੇ ਮਿੱਤਰ ਪਿਆਰੇ ਅਤੇ ਅਸੀਂ ਇਸ ਵਾਰ ਸਾਰੀ ਟੀਮ ਮੇਰੀ ਪਹੁੰਚ ਰਹੀ ਹੈ ਜੀ ਮੇਰਾ ਸਾਰਾ ਲਾਈਵ ਬੈਂਡ ਅਸੀਂ ਅਪ੍ਰੈਲ ਮਈ 'ਚ ਡੇਟਾਂ ਜਿਹੜੀਆਂ ਨੇ ਉਹ ਅਸੀਂ ਵੈਰੀ ਸੂਨ ਅਸੀਂ ਅਨਾਊਂਸ ਕਰ ਦਿਆਂਗੇ ਅਤੇ ਅਸੀਂ ਲਾਈਵ ਸ਼ੋਜ਼ ਕਰ ਰਹੇ ਹਾਂ ਲਾਈਵ ਗਾਵਾਂਗੇ ਲਾਈਵ ਬੈਂਡ ਦੇ ਨਾਲ ਲਾਈਵ ਗਾਣੇ ਲਾਈਵ ਗੱਲਾਂ ਬਾਤਾਂ ਔਰ ਸਭ ਤੋਂ ਖਾਸ ਗੱਲ ਮੈਂ ਸਾਰਿਆਂ ਨੂੰ ਕਹਿਣੀ ਚਾਹੂੰਗਾ ਕਿ ਤੁਸੀਂ ਮਾਨ ਸਾਹਿਬ ਨੂੰ ਸੁਣਦੇ ਹੋ ਬਹੁਤ ਪੁਰਾਣੇ ਕਲਾਕਾਰ ਸੁਣਦੇ ਹੋ ਕਿਤੇ ਨਾ ਕਿਤੇ ਮੈਨੂੰ ਕਿਸੇ ਨੇ 1.5 ਸਾਲ ਪਹਿਲਾਂ ਇਹ ਗੱਲ ਕਹੀ ਸੀ ਕਿ ਯਾਰ ਵੀ ਹੁਣ ਕਿੱਥੇ 2.5 ਘੰਟੇ ਗਾਉਣ ਵਾਲਾ ਕੋਈ ਮੁੰਡਾ ਜਾਂ 2.5-3 ਘੰਟੇ ਜਿਹੜਾ ਲੰਮਾ ਸ਼ੋਅ ਲਾ ਲਏ ਸੋ ਮੈਂ ਹੁਣੇ ਕੈਨੇਡਾ ਟੂਰ ਕੰਪਲੀਟ ਕੀਤਾ 7 ਸ਼ੋਅਜ਼ ਕੀਤੇ ਔਰ ਸਾਰੇ 2.5 ਘੰਟੇ ਪਲੱਸ ਸੀਗੇ ਮੈਂ ਚਾਹੁੰਦਾ ਕਿ ਸਾਰੇ ਦਰਸ਼ਕ ਇੱਕ
ਪਹੁੰਚਣ ਸ਼ੋਅ ਦੇ ਵਿੱਚ ਔਰ ਦੇਖਣ ਵੀ ਕਿਹੜਾ 2.5 ਘੰਟੇ ਸੱਚੀ ਮੁੱਚੀ 2.5 ਘੰਟੇ ਗਾਵਾਂਗੇ ਚੇਪੀ ਵਾਲਾ ਨਹੀਂ ਗਾਵਾਂਗੇ ਨਾ ਔਰ ਲਾਈਵ ਤੁਸੀਂ ਲਾਈਵ ਲਾਈਵ ਗਾਣਿਆਂ ਦਾ ਨਵੇਂ ਫਿਲਮ ਆ ਰਹੀ ਹੈ ਸਾਡੀ ਸੁਰਖੀ ਬਿੰਦੀ 30 ਅਗਸਤ ਨੂੰ ਫਿਰ ਇੱਕ ਫਿਲਮ ਆ ਰਹੀ ਹੈ ਸੋ ਉਦੋਂ ਤੱਕ ਨਵੇਂ ਗਾਣੇ ਜਿਹੜੇ ਗਾਣੇ ਰਿਲੀਜ਼ ਹੋਏ ਨੇ ਕੋਈ ਪੰਜਾਬ ਦੇ ਲੋਕ ਰੰਗ ਜਿਹੜੀ ਨਵੀਂ ਸ਼ਾਇਰੀ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਲੈ ਕੇ ਆਊਂਗਾ ਔਰ ਖਾਸ ਗੱਲ ਹੈ ਕਿ ਮੇਰੀ ਟੀਮ ਨਾਲ ਆਊਗੀ ਤਾਂ ਅਸੀਂ ਸਾਡਾ ਸਾਰਾ ਬੈਂਡ ਸਾਰੀ ਟੀਮ ਅਸੀਂ ਤੁਹਾਡਾ ਮਨੋਰੰਜਨ ਕਰਾਂਗੇ ਐਂਟਰਟੇਨਮੈਂਟ ਨਾਲ ਭਰਪੂਰ ਸ਼ੋਅ ਹੋਣਗੇ ਜੀ ਸੋ ਤੁਸੀਂ ਸਾਰੇ ਆਪਦੀਆਂ ਫੈਮਿਲੀਜ਼ ਦੇ ਨਾਲ ਪਹੁੰਚੋ ਪਰਿਵਾਰਾਂ ਪਰਿਵਾਰਕ ਗੱਲਾਂ ਨੇ ਸਾਰੀਆਂ ਪਰਿਵਾਰ ਫੈਮਿਲੀਜ਼ ਯੂਥ ਸਾਰਿਆਂ ਨੂੰ ਮੈਂ ਖੁੱਲ੍ਹਾ ਸੱਦਾ ਦੇਣਾ ਜੀ ਕਿ ਤੁਸੀਂ ਸਾਡੀ ਟੀਮ ਦੇ ਨਾਲ ਸੋ ਮੇਰਾ ਖਿਆਲ ਹੈ ਵੀ ਲੱਖੀ ਨੂੰ ਅਤੇ ਧੀਰੇ ਨੂੰ ਇਹ ਗੱਲ ਕਹਿਣੀ ਪਊਗੀ ਵੀ ਹੁਣ ਤੋਂ ਹੀ ਸ਼ੋਅ ਬੁੱਕ ਕਰਕੇ ਤਿਆਰੀ ਕਰਨੀ ਸ਼ੁਰੂ ਕਰ ਜੀ ਅਸੀਂ ਇਹ ਜਿਹੜਾ ਮੈਂ ਇਹ ਵਿਜ਼ਿਟ ਕੀਤੀ ਹੈ ਜੀ ਇਹ ਸਾਡੀ ਵਿਜ਼ਿਟ ਤੁਹਾਡੇ ਨਾਲ ਇੱਥੇ ਆਪਾਂ ਇਹ ਕਾਨਫਰੰਸ ਕਰਨੀ ਹੈ ਸਾਰੇ ਸ਼ੋਅਜ਼ ਅਨਾਊਂਸਮੈਂਟ ਕਰਨੇ ਜਿਵੇਂ ਤੁਸੀਂ ਅੱਗੇ ਦੱਸਿਆ ਕਿ ਇੱਥੇ ਇਹੀ ਟੈਨਸ਼ਨ ਹੁੰਦੀ ਹੈ ਕਿ ਪਤਾ ਨਹੀਂ ਵੀਜ਼ਾ ਲੱਗੂਗਾ ਕਿ ਨਹੀਂ ਲਿਖਣਾ ਪੈਂਦਾ ਜੀ ਹਾਂਜੀ ਮੈਂ ਅਫੀਸ਼ਲੀ ਇਹ ਟੂਰ ਅਨਾਊਂਸ ਕਰਨ ਆਇਆ ਔਰ ਉਮੀਦ ਕਰਦਾ ਕਿ ਜਿਹੜੀਆਂ ਮੈਸੇਜਿਸ ਕਾਲਸ ਜਿਹੜੇ ਜਿੰਨਾ ਪਿਆਰ ਮਿਲਦਾ ਔਰ ਉਨਾ ਪਿਆਰ ਲਾਈਵ ਵੀ ਸ਼ੋਆਂ 'ਚ ਵੀ ਮਿਲੇਗਾ ਸੋ ਤੁਸੀਂ ਹੁਮ ਹੁਮ ਆ ਕੇ ਪਹੁੰਚੋ ਜੀ ਔਰ ਬਹੁਤ ਜਲਦੀ ਅਸੀਂ ਜਿਹੜੀਆਂ ਸ਼ੋਆਂ ਦੀਆਂ ਡੇਟਾਂ ਅਨਾਊਂਸ ਕਰ ਦਿਆਂਗੇ ਆਪਾਂ ਸਾਰੇ ਮਿਲਦੇ ਹਾਂ ਅਤੇ ਰਲ ਮਿਲ ਕੇ ਆਪਾਂ ਪੰਜਾਬ ਅਤੇ ਪੰਜਾਬੀ ਨੂੰ ਜਿਵੇਂ ਬਾਲੀ ਸਾਹਿਬ ਦੀ ਬਾਲੀ ਸਾਹਿਬ ਕਹਿੰਦੇ ਹੁੰਦੇ ਕਿ ਜੈ ਪੰਜਾਬ ਜੈ ਪੰਜਾਬੀ ਸੋ ਆਪਾਂ ਪੰਜਾਬੀ ਹਾਂ ਅਤੇ ਦੀਪਕ ਨੂੰ ਵੀ ਅੱਜ ਯਾਦ ਕਰਦੇ ਹਾਂ ਪੂਰਾ ਠੀਕ ਹੈ ਜੀ ਕੜੀ ਆ ਸਾਡੀ ਅਸੀਂ ਉਹਨਾਂ ਨੂੰ ਮਿਸ ਕਰ ਰਹੇ ਹਾਂ ਬਾਲੀ ਸਾਹਿਬ ਨੂੰ ਜੇ ਉਹ ਪ੍ਰੋਗਰਾਮ ਦੇਖਦੇ ਹੋਣ ਅਤੇ ਆਪਾਂ ਸਾਰੇ ਰਲ ਮਿਲ ਕੇ ਜੀ ਆਓ ਇਹ ਸ਼ੋਅ ਨੂੰ ਤੁਸੀਂ ਕਾਮਯਾਬ ਕਰਨਾ ਅਸੀਂ ਤਾਂ ਸਿਰਫ ਪਰਫੋਰਮ ਕਰ ਸਕਦੇ ਹਾਂ ਸਕਸੈਸਫੁਲ ਤੁਸੀਂ ਬਣਾਉਣਾ ਹਾਈਪ ਐਂਟਰਟੇਨਮੈਂਟ ਲੱਖੀ ਬਾਈ ਧੀਰਾ ਬਾਈ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਔਰ ਤੁਹਾਡਾ ਰਿਆੜ ਸਾਹਿਬ ਬਹੁਤ ਦਿਲੋਂ ਸ਼ੁਕਰੀਆ ਬੜਾ ਮੈਂ ਅਜੇ ਇੱਕ ਸੈਗਮੈਂਟ ਹੋਰ ਕਰਨੀ ਹੈ ਗਾਣੇ ਸੁਣਨੇ ਨੇ ਦੋਸਤੋ ਮਿਲਦੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆ ਦੋਸਤੋ ਬੜਾ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਅਤੇ ਗੁਰਨਾਮ ਜੀ ਕੱਲ੍ਹ ਡਾਇਮੰਡ ਦੀ ਕਰੀ ਜਾਂਦੇ ਹਾਂ ਆਪਾਂ ਅਤੇ ਡਾਇਮੰਡ ਦਿਖਾ ਲੈਣੀ ਇੱਕ ਵਾਰੀ ਜ਼ਰੂਰ ਦਿਖਾਉਣਾ ਜ਼ਰੂਰੀ ਹੈ ਲੋਕਾਂ ਦੀ ਇੱਕ ਮੰਗ ਵੀ ਹੁੰਦੀ ਹੈ ਅਤੇ ਲੋਕਾਂ ਦੀ ਚਾਹ ਵੀ ਹੁੰਦੀ ਹੈ ਨੋਟ ਨੂਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ ਐਟੀਟਿਊਡ ਤਾਂ ਰੱਖਣ ਰਕਾਨਾ ਚੋਬਰ ਰੱਖਦੇ ਜੇਰੇ ਨੀ ਉਹਨਾਂ ਚੋਂ ਨਾ ਜਾਣੀ ਜੱਟ ਨੂੰ ਟੋਚਨ ਫਤਿਹ ਕਰਾ ਦਾਂਗੇ ਜੇ ਪੈ ਗਈ ਲੋੜ ਤਾਂ ਫੋਨ ਮਾਰਦੀ ਮਿੱਠੀਏ ਬੰਬ ਬੁਲਾ ਦਾਂਗੇ ਤੇਰੇ ਗੁੱਟ ਨੂੰ ਕੜਾ ਸਰਦਾਰ ਨੀ ਏ ਡਾਇਮੰਡ ਦੀ ਝਾਂਜਰ ਪਾ ਦਾਂਗੇ ਗੁੱਟ ਨੂੰ ਕੜਾ ਸਰਦਾਰ ਨੀ ਏ ਡਾਇਮੰਡ ਦੀ ਝਾਂਜਰ ਪਾ ਦਾਂਗੇ ਇੱਕ ਗੱਲ ਮੈਂ ਜ਼ਰੂਰ ਪੁੱਛਣੀ ਹੈ ਵੀ ਮੈਨੂੰ ਕਈ ਵਾਰੀ ਕਹਿ ਦਿੰਦੇ ਹੁੰਦੇ ਪੰਜਾਬੀ ਸ਼ਬਦਾਵਲੀ ਜਾਂ ਸ਼ਬਦਾਂ ਦੇ ਵਿੱਚ ਐਨਸਾਈਕਲੋਪੀਡੀਆ ਮੇਰੇ ਕੋਲ ਬਹੁਤ ਵੱਡਾ ਹੈਗਾ ਅਤੇ ਮੈਨੂੰ ਹੁਣ ਦੇਰ ਹੋ ਗਈ 20 ਸਾਲ ਹੋ ਗਏ ਅਮਰੀਕਾ ਦੇ ਵਿੱਚ ਆਏ ਨੂੰ ਮੈਨੂੰ ਇੱਕ ਟੋਚਨ ਦਾ ਨਹੀਂ ਪਤਾ ਲੱਗਿਆ ਜੋ ਜ਼ਰੂਰ ਸਮਝਾਓ ਮੈਨੂੰ ਇਹ ਟੋਚਨ ਨਾ ਜੀ ਆਪਣੇ ਪਿੰਡਾਂ 'ਚ ਟਰੈਕਟਰਾਂ ਦੇ ਟੋਚਨ ਪੈਂਦੇ ਆ ਤੁਸੀਂ ਦੇਖੇ ਹੋਣੇ ਹਾਂ 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 ਟੋਚਨ ਮੁਕਾਬਲਾ ਹੈ ਟੋਚਨ ਫਤਿਹ ਕਰਾਉਣਾ ਮਤਲਬ ਜਿਹੜਾ ਟੋਚਨ ਜਿੱਤ ਲਿਆ ਇਹ ਵਰਡ ਬਣ ਗਿਆ ਵੀ ਟੋਚਨ ਫਤਿਹ ਹਾਂਜੀ ਠੀਕ ਹੈ ਇਹ ਬੜੀ ਇੰਟਰਸਟਿੰਗ ਗੇਮ ਹੈ ਵੈਸੇ ਤਾਂ ਮੈਨੂੰ ਲੱਗਦਾ ਥੋੜ੍ਹੀ ਰਿਸਕੀ ਵੀ ਹੈ ਕਈ ਟਰੈਕਟਰ ਟੁੱਟਦੇ ਵੇਖੇ ਨੇ ਹਾਂਜੀ ਹਾਂਜੀ ਇਹ ਟੋਚਨ ਵਰਡ ਉੱਥੋਂ ਆਇਆ ਰਾਈਟ ਟੋਚਨ ਫਤਿਹ ਕਰਾ ਜੇ ਪੈ ਗਈ ਲੋੜ ਤਾਂ ਫੋਨ ਮਾਰਨੀ ਟੋਚਨ ਫਤਿਹ ਕਰਾਵਾਂਗੇ ਕੀ ਬਾਤ ਹੈ ਅਤੇ ਗੁਰਨਾਮ ਜੀ ਡਿਊਟ ਗਾਣਿਆਂ ਬਾਰੇ ਥੋੜ੍ਹਾ ਜਿਹਾ ਜ਼ਰੂਰ ਮੇਰੇ ਨਾਲ ਇੱਕ ਜ਼ਿਕਰ ਕਰੋ ਕਿ ਪੰਜਾਬ ਦੇ ਵਿੱਚ ਅੱਜ ਵੀ ਜਿਹੜੇ ਨੇ ਕਿਉਂਕਿ ਮੈਂ ਇੱਕ ਉਹ ਦੌਰ ਪੰਜਾਬ ਦਾ ਦੇਖਿਆ ਖਾਸ ਤੌਰ 'ਤੇ ਫਿਰੋਜ਼ਪੁਰ ਵਾਲੇ ਪਾਸੇ ਜੀ ਬਈ ਮੈਨੂੰ ਪਤਾ ਵੀ ਇੱਕ ਬਹੁਤ ਵੱਡਾ ਕਲਾਕਾਰ ਲੱਗਿਆ ਹੋਇਆ ਸੀਗਾ ਠੀਕ ਹੈ ਨਾ ਜੀ ਅਤੇ ਉੱਥੇ ਗਾਉਣ ਵਾਲੀ ਨਹੀਂ ਬੀਬੀ ਆਈ ਹੈ ਨਾ ਤਾਂ ਮੈਂ ਹੁਣ ਨਾਂ ਨਹੀਂ ਲੈਣਾ ਵੀ ਮਤਲਬ ਐਡਾ ਵੱਡਾ ਸਟਾਰ ਲੱਗਿਆ ਹੋਇਆ ਸੀ ਅਤੇ ਜਦੋਂ ਦੂਏ ਦਿਨ ਅਸੀਂ ਸਵੇਰੇ ਉੱਥੇ ਨਾ ਇੱਕ ਮੋਟਰ 'ਤੇ ਨਹਾਉਂਦੇ ਸੀ ਜਿਨ੍ਹਾਂ ਦੇ ਨਾਲ ਅਸੀਂ ਗਏ ਹੋਏ ਸੀ ਲਾਇਲਪੁਰੀ ਸਾਹਿਬ ਮੇਰੇ ਦੋਸਤ ਸੀ ਮੈਂ ਸਟੇਜ ਕਰਨ ਗਿਆ ਸੀ ਜੀ ਅਤੇ ਜਦੋਂ ਉਹ ਕਹਿੰਦੇ ਯਾਰ ਉਹ ਬੰਦੇ ਨੇ ਤਾਂ ਕੁਛ ਨਹੀਂ ਯਾਰ ਗਾਉਣ ਵਾਲੀ ਤਾਂ ਆਈ ਸੀ ਪ੍ਰੋਗਰਾਮ ਦੇ ਵਿੱਚ ਅੱਜ ਵੀ ਪੰਜਾਬ ਦੇ ਵਿੱਚ ਉਹੀ ਟ੍ਰੈਂਡ ਚੱਲਦਾ ਆ ਨਹੀਂ ਪਿੰਡਾਂ 'ਚ ਜਿੱਥੇ ਸਾਡਾ ਏਰੀਆ ਜਿਹੜਾ ਜੀ ਖਾਸ ਕਰਕੇ ਮੈਂ ਸ਼ੁਰੂ ਹੋਵਾਂ ਫਿਰੋਜ਼ਪੁਰ ਗੁਰੂਸਾ ਜਲਾਲਾਬਾਦ ਮਲੋਟ ਮੁਕਤਸਰ ਜਿਹੜੇ ਇੱਧਰ ਮੇਲੇ ਲੱਗਦੇ ਆ ਫਾਜ਼ਿਲਕਾ ਕਮਾਲ ਵਾਲਾ ਹਬੋਰ ਅਤੇ ਇੱਥੇ ਤਾਂ ਹੀ ਸਾਡੇ ਬੰਦੇ ਜਿਹੜੇ ਆ ਵੀ ਉਹ ਜਿੰਨਾ ਚਿਰ ਨਾਲ ਬੀਬੀ ਨਹੀਂ ਗਾਉਣ ਵਾਲੀ ਆਉਂਦੀ ਉਹਨਾਂ ਚਿਰ ਐਂ ਕਹਿੰਦੇ ਵੀ ਯਾਰ ਬੀਬੀ ਨਹੀਂ ਆਈ ਸਵਾਦ ਨਹੀਂ ਆਇਆ ਅਤੇ ਪਰ ਹੁਣ ਐਂ ਵੀ ਹਾਂ ਮਿਆਰੀ ਗਾਇਕੀ ਹੈ ਜਿਹੜੀ ਕਿਤੇ ਨਾ ਕਿਤੇ ਉਹਦਾ ਇੱਕ ਆਪਣਾ ਵੱਖਰ ਸੋਲੋ ਗਾਇਕੀ ਦਾ ਆਪਣਾ ਇੱਕ ਟੇਸਟ ਆ ਪਰ ਉਹ ਜਿਹੜਾ ਸਾਡੇ ਏਰੀਏ 'ਚ ਮੈਂ ਤੁਹਾਨੂੰ ਦੱਸਦਾ ਵੀ ਜਿੰਨੇ ਅਖਾੜੇ ਮੈਨੂੰ ਲੱਗਦਾ ਸਦੀਕ ਸਾਹਿਬ ਨੇ ਜਾਂ ਹੋਰ ਕਲਾਕਾਰਾਂ ਨੇ ਬਹੁਤ ਦੁਗਾਣਾ ਜੋੜੀਆਂ ਲਾਏ ਆ ਉਹਨੇ ਬਾਕੀ ਪੰਜਾਬ 'ਚ ਲਾਏ ਹੋਣੇ ਜਿਹੜਾ ਦੁਆਬਾ ਹੈ ਦੁਆਬਾ ਸੋਲੋ ਗਾਇਕੀ ਪਸੰਦ ਕਰਦਾ ਜ਼ਿਆਦਾ ਦੁਆਬਾ ਜਾਂ ਮਾਝਾ ਅਸੀਂ ਮੇਰੇ ਜਿਹੜੇ ਜ਼ਿਆਦਾ ਸ਼ੋਅਜ਼ ਹੁੰਦੇ ਆ ਮੈਂ ਅੰਮ੍ਰਿਤਸਰ ਪਟਿਆਲਾ ਸਭ ਤੋਂ ਜ਼ਿਆਦਾ ਪਟਿਆਲਾ
ਅੰਮ੍ਰਿਤਸਰ ਲੁਧਿਆਣਾ ਮਤਲਬ ਜਿਹੜੇ ਵੈਡਿੰਗ ਸ਼ੋਅਜ਼ ਦੀ ਮੈਂ ਗੱਲ ਕਰਾਂ, ਸਾਡੇ ਏਰੀਏ 'ਚ ਸ਼ੋਅ ਦਿਖਾਣੇ ਗਾਇਕੀ ਦੇ ਲੱਗਦੇ ਆ, ਕਿਤੇ ਨਾ ਕਿਤੇ ਉਹ ਜਿਹੜਾ ਸਾਡੀ ਬੈਲਟ ਹੈ ਜੀ, ਉਹ ਬਾਰਡਰ ਏਰੀਆ ਜਿਵੇਂ ਕਹਿਦਾ ਮੈਂ, ਉੱਥੇ ਉੱਥੇ ਤਾਂ ਜਾਂਦੇ ਜਾਂਦੇ ਉਹ ਕਿਸਮਤ ਦੇ ਹੰਝੂ ਦੇ ਦੋ ਬੋਲ ਬੋਲ ਜੀ ਕਿਸਮਤ ਵਾਲੇ ਦੇ, ਉਹ ਬਹੁਤ ਵਧੀਆ ਗੀਤ ਸੀ। ਪੀੜਾ ਸਾਡੇ ਅੰਦਰ ਗਮ ਥੱਲੇ ਆ ਦੱਬੇ, ਦੁੱਖ ਦੇਣ ਨੂੰ ਲੱਗਦਾ ਹੈ ਰੱਬ ਨੂੰ ਆਪਾਂ ਹੀ ਲੱਭੇ, ਉਹ ਮੇਰੇ ਅੰਦਰ ਮਰ ਗਏ ਸਾਰੇ, ਜੋ ਤੈਥੋਂ ਪੁੱਛਣੇ ਸੀ ਸਵਾਲ ਮੇਰੇ, ਓ ਫਕੀਰਾ ਓ ਫਕੀਰਾ ਮੈਨੂੰ ਲੈ ਜਾ ਤੂੰ ਨਾਲ ਤੇਰੇ, ਤੇਰੇ ਬਿਨਾਂ ਕੌਣ ਪੁੱਛੂਗਾ ਮੈਨੂੰ, ਮੇਰੇ ਸੱਜਣਾ ਵੇ ਹਾਲ ਮੇਰੇ। ਬਹੁਤ ਬਹੁਤ ਸ਼ੁਕਰੀਆ ਗੁਰਨਾਮ ਜੀ, ਮੇਰੇ ਕੋਲ ਅਲਫਾਜ਼ ਨਹੀਂ। ਛੋਟੇ ਵੀਰ, ਮੈਂ ਜ਼ਿੰਦਗੀ ਦੇ ਵਿੱਚ ਪਰਮਾਤਮਾ ਅੱਗੇ ਦੁਆ ਕਰਾਂਗਾ ਹੱਥ ਜੋੜ ਕੇ, ਔਰ ਆਪਣੇ ਦੀਦੇ ਦੇ ਵਿੱਚੋਂ ਦੁਆ ਕਰਾਂਗਾ ਕਿ ਇਸ ਆਵਾਜ਼ ਨੂੰ ਔਰ ਇਸੇ ਬੁਲੰਦੀ ਦੇ ਵਿੱਚ ਰੱਖੇ, ਔਰ ਇਸ ਦਿਮਾਗ ਨੂੰ ਲੋਕਾਂ ਦੇ ਵਿੱਚ ਵਿਚਰਨ ਵਾਸਤੇ ਇਸੇ ਤਰ੍ਹਾਂ ਜ਼ਮੀਨ ਦੇ ਨਾਲ ਜਿਵੇਂ ਅੱਜ ਵੀ ਹੈ ਉਸੇ ਤਰ੍ਹਾਂ ਲਾਈ ਰੱਖੇ। ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਆਪਣੇ ਵੀਰਾਂ ਦਾ, ਦੋਵਾਂ ਦਾ, ਧੀਰਾ ਬਰਾੜ ਔਰ ਲੱਖੀ ਗਿੱਲ ਹੋਰਾਂ ਦਾ, ਖਾਨ ਸਾਹਿਬ ਵੀ ਨਾਲ ਨੇ ਲਈ ਫਿਰਦੇ, ਕਿਉਂਕਿ ਜਿਹੜੇ ਬੰਦੇ ਨਾਲ ਵਣਜ਼ਾਰਿਆਂ ਵਾਂਗੂ ਲਈ ਫਿਰਦੇ ਨੇ ਉਹਨਾਂ ਦਾ ਧੰਨਵਾਦ ਕਰਨਾ ਬਣਦਾ, ਖਾਸ ਧੰਨਵਾਦ ਮੈਂ ਜ਼ਰੂਰ ਆਪਣੀ ਮੈਨੇਜਮੈਂਟ ਦਾ ਕਰਾਂਗਾ, ਪੈਨੀ ਸੰਧੂ ਹੋਰਾਂ ਦਾ ਕਰਾਂਗਾ, ਸਾਡੇ CEO ਨੇ ਔਰ ਅਸ਼ਮਿਤਾ ਹੋਰਾਂ ਦਾ ਕਰਾਂਗਾ, ਜਿਨ੍ਹਾਂ ਨੇ ਇਸ ਪਲੇਟਫਾਰਮ ਨੂੰ, ਇਸ ਪੋਲੀਟੀਕਲ ਪਲੇਟਫਾਰਮ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਦੇ ਵੀ ਵਿਰਾਸਤ ਜਿਉਂਦੀ ਰਹਿਣੀ ਚਾਹੀਦੀ ਹੈ, ਵਿਦੇਸ਼ ਦੇ ਵਿੱਚ ਵਿਰਸੇ ਦੀ ਗੱਲ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ। ਅਖੀਰ 'ਚ ਕੀ ਕਹੋਗੇ ਦੋ ਸ਼ਬਦ? ਮੈਂ ਬਹੁਤ ਬਹੁਤ ਖੁਸ਼ੀ ਮਹਿਸੂਸ ਕਰਦਾ ਜੀ ਕਿ ਆਪਾਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ, ਸਮਾਂ ਕਿੱਥੇ ਲੰਘ ਗਿਆ, ਸਗੋਂ ਜਿਵੇਂ ਜਿੰਨੀ ਕੁ ਦਰਸ਼ਕਾਂ ਨੂੰ ਜਦੋਂ ਬ੍ਰੇਕ ਆਉਂਦੀ ਉਹਨਾਂ ਨੂੰ ਅੱਜ ਵੀ ਮੱਚਦੀ ਹੋਣੀ, ਮੈਨੂੰ ਵੀ ਹੁੰਦੀ ਸੀ ਵੀ ਹੁਣ ਫਿਰ ਰੁਕ ਗਿਆ। ਸੋ ਸਾਰੀਆਂ ਗੱਲਾਂ ਜੀ ਜ਼ਰੂਰੀ ਨੇ, ਮੈਂ ਜੋ ਵੀ ਹਾਂ ਅੱਜ ਉਹ ਸਤਿਗੁਰਾਂ ਦੀ ਬਖਸ਼ਿਸ਼ ਕਰਕੇ ਹਾਂ, ਔਰ ਉਸ ਤੋਂ ਵੱਧ ਜਿਹੜੀ ਗੱਲ ਆ ਕਿ ਤੁਸੀਂ ਕਬੂਲਦੇ ਹੋ ਤਾਂ ਹੀ ਸਭ ਕੁਛ ਠੀਕ ਹੈ। ਮੇਰੀਆਂ ਫਿਲਮਾਂ 30 ਅਗਸਤ ਨੂੰ ਸੁਰਖੀ ਬਿੰਦੀ, ਤੁਸੀਂ ਜ਼ਰੂਰ, ਪਰਿਵਾਰਕ ਫਿਲਮ ਹੈ ਜੀ ਉਹ ਜ਼ਰੂਰ ਦੇਖਣ ਜਾਇਓ, ਔਰ ਅਸੀਂ ਅਪ੍ਰੈਲ 'ਚ ਸਾਡੇ ਸ਼ੋਜ਼ ਲੈ ਕੇ ਆ ਰਹੇ ਹਾਂ ਹਾਈਪ ਐਂਟਰਟੇਨਮੈਂਟ ਵੱਲੋਂ, ਉਹ ਸਾਰੇ ਤੁਸੀਂ ਪਹੁੰਚਿਓ ਜੀ। ਸੋ ਤੁਹਾਡੇ ਨਾਲ ਹੀ ਮੈਂ ਹਾਂ, ਮੇਰੇ ਨਾਲ ਆਪਾਂ ਸਾਰੇ ਹਾਂ, ਅਤੇ ਆਪਾਂ ਸਾਰਿਆਂ ਦੇ ਨਾਲ ਸਾਡੀ ਪੰਜਾਬੀ ਮਾਂ ਬੋਲੀ ਹੈ। ਸੋ ਆਪਾਂ ਸਾਰੇ, ਮੈਂ ਤੁਸੀਂ ਆਪਦੇ, ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੂੰਗਾ, ਛੋਟਾ ਜੀ ਛੋਟੀ ਸੁਜੈਸ਼ਨ ਆ ਕਿ ਆਪਦੇ ਜਿਹੜੇ ਛੋਟੇ ਛੋਟੇ ਬੱਚੇ ਆ ਤੁਹਾਡੇ ਘਰਾਂ 'ਚ, ਉਹਨਾਂ ਨੂੰ ਟਾਈਮ ਦਿਓ, ਉਹਨਾਂ ਨਾਲ ਪੰਜਾਬੀ 'ਚ ਗੱਲ ਕਰਿਆ ਕਰੋ। ਕਿਆ ਬਾਤ! ਮੈਂ ਕਈ ਵਾਰੀ ਦੇਖਿਆ ਜੀ ਉਹ ਜਵਾਕਾਂ ਨੂੰ ਸਮਝ ਨਹੀਂ ਆਉਂਦੀ ਪੰਜਾਬੀ, ਇਹ ਚੀਜ਼ ਸਾਰੇ ਪੰਜਾਬੀ ਭਰਾ ਜਿਹੜੇ ਆ ਆਪਣੀ ਬੋਲੀ ਕਰਕੇ ਹੀ ਆਪਣਾ ਵਜੂਦ ਹੈ ਜੀ। ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਜਿਹੜੇ ਭੈਣ ਭਰਾਵਾਂ ਦੀਆਂ ਕਾਲਸ ਨਹੀਂ ਲੈ ਸਕੇ, ਵਕਤ ਦੀ ਨਜ਼ਾਕਤ ਹੁੰਦੀ ਹੈ, ਮੈਨੂੰ ਈਮੇਲ ਕਰ ਸਕਦੇ ਹੋ riyad@justbroadcasting.com ਔਰ info@justbroadcasting.com। ਸੋਮਵਾਰ ਨੂੰ ਫਿਰ ਰਾਜਨੀਤੀ ਦੇ ਉੱਤੇ ਤਿੱਖਾ ਪ੍ਰੋਗਰਾਮ, ਤਿੱਖੇ ਪ੍ਰਤੀਕਰਮ ਲੈ ਕੇ ਹਾਜ਼ਰ ਹੋਵਾਂਗਾ। ਰੱਬ ਰੱਖਾ, ਬਹੁਤ ਬਹੁਤ ਥੈਂਕ ਯੂ ਭਾਅ ਜੀ, ਥੈਂਕ ਯੂ।